ਡਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੜੇ ਦਿਨ ਤੋਂ ਮੈਂ ਬਰਦਾਸ਼ਤ ਕਰ ਰਿਹਾ, ਅੱਜ ਮਾਫੀ ਚਾਹੁੰਦਾ ਕਿ ਹੱਥ ਜੋੜ ਕੇ ਪਹਿਲਾਂ ਹੀ ਕਿ ਅੱਜ ਮੈਂ ਕਲਪਨਾ ਬੁਰੀ ਤਰ੍ਹਾਂ ਔਰ ਸਪੈਸ਼ਲ ਵੀਰ ਮੇਰੇ ਜਿਹੜੇ 20-25 ਦਿਨਾਂ ਤੋਂ 20-25 ਵੀਡੀਓਜ਼ ਮੇਰੇ ਖਿਲਾਫ ਪਾ ਚੁੱਕੇ ਨੇ, ਮੇਰੀ ਟੀਮ ਖਿਲਾਫ ਪਾ ਚੁੱਕੇ ਨੇ। ਤੁਸੀਂ 25 ਨੇ ਇਕੱਲੇ ਇਕੱਲੇ ਨੇ ਮੇਰੇ ਖਿਲਾਫ ਬੋਲਿਆ, ਇਕੱਲਾ ਇਕੱਲਾ ਵੀਡੀਓ ਮੇਰੀ ਇੱਕ ਦੇਖ ਲਈ, ਹੁਣ ਬਸ ਬਹੁਤੀਆਂ ਦੀ ਮੈਨੂੰ ਲੋੜ ਨਹੀਂ। ਮੈਂ ਬਹੁਤਿਆਂ ਦਿਨ ਤੋਂ ਤਾਂ ਚੁੱਪ ਸੀਗਾ ਕਿ ਮੈਂ ਚਾਹੁੰਦਾ ਸੀਗਾ ਕਿ ਮੇਰੀ ਐਨਜੀਓ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਭੌਂਕਣ ਨਾਲ, ਪਰ ਅੱਜ ਮੇਰੀ ਇਸ ਐਨਜੀਓ ਦੇ ਵਿੱਚ ਫਰਕ ਪਿਆ ਤੁਹਾਡੇ ਭੌਂਕਣ ਨਾਲ। ਤੁਹਾਨੂੰ ਮੈਂ ਬਹੁਤ ਜੀ ਕਰਕੇ ਬੁਲਾਉਣਾ, ਇਹ ਜੀ ਨੂੰ ਜੀ ਰਹਿਣ ਦਿਓ, ਆ ਹੱਥ ਨੂੰ ਹੱਥ ਜੁੜੇ ਰਹਿਣ ਦਿਓ। ਮੈਨੂੰ ਕਲਪਣ ਦਾ ਸ਼ੌਂਕ ਨਹੀਂ ਹੈਗਾ, ਨਾ ਮੈਂ ਕਲਪਣਾ ਚਾਹੁੰਦਾ, ਨਾ ਮੈਨੂੰ ਇੱਥੇ ਕਲਪਣ ਦੀ ਕੋਈ ਤਨਖਾਹ ਮਿਲਦੀ ਹੈ, ਨਾ ਮੈਨੂੰ ਖੁਸ਼ ਹੋਣ ਦੀ ਤਨਖਾਹ ਮਿਲਦੀ ਹੈ। ਕਲਪਦਾ ਤਾਂ ਵਾ, ਮੈਂ ਹਮੇਸ਼ਾ ਤਾਂ ਬੋਲਿਆ ਕਿ ਵੀਰੇ ਨਾ ਇਸ ਐਨਜੀਓ ਦੀ ਨੈਗੇਟਿਵਿਟੀ ਫੈਲਾਓ, ਕਿਉਂਕਿ ਜੇ ਕੋਈ ਡੋਨਰ ਟੁੱਟੂਗਾ ਉਹ ਸੇਵਾ ਕਰਨ ਨਹੀਂ ਆਊਗਾ ਤੇ ਪੇਸ਼ੈਂਟ ਦੀ ਹੈਲਪ ਨਹੀਂ ਹੋਣੀ। ਮਾੜਾ ਜਿਹਾ ਚਾਨਣਾ ਪਾ ਕੇ ਨਾ ਮਰੀਜ਼ ਦੇਖ ਲਿਓ, ਔਰ ਤੁਹਾਨੂੰ ਕਸਮ ਹੈ ਆਪਣੇ ਪਰਿਵਾਰ ਮੈਂਬਰਾਂ ਦੀ, ਆਪਣੇ ਬੱਚਿਆਂ ਦੀ, ਕਿ ਇਹਨਾਂ ਨੂੰ ਆਪਣੀ ਜਗ੍ਹਾ ਤੇ ਰੱਖ ਕੇ ਸੋਚੋ ਕਿ ਤੁਹਾਡੇ ਦਿਲ ਤੇ ਕੀ ਬੀਤਦੀ ਆ ਹੁਣ। ਠੀਕ ਹੈ, ਆਹ ਬੰਦਾ ਜਿਹਦੇ ਘਰ ਦੇ ਵਿੱਚ 3 ਮਰੀਜ਼ ਆ, ਆਪਣਾ 2 ਭੈਣ ਭਰਾ 1 ਪਿਓ, ਆਪਣੇ ਕੋਲ ਕਦੋਂ ਤੋਂ ਇਹ ਹੈਲਪ ਲੈ ਰਿਹਾ ਬੰਦਾ, ਔਰ ਕਿਹੜੇ ਕਿਹੜੇ ਡੋਨਰ ਜਿਹੜੇ ਇੱਥੇ ਪਹੁੰਚ ਰਹੇ ਇਹਨੂੰ ਹੈਲਪ ਦੇ ਰਹੇ, ਆਪਣੇ ਮੂੰਹ ਸੁਣ ਲਓ ਬਾਈ, ਤੂੰ ਕਦੋਂ ਤੋਂ ਮੇਰੇ ਕੋਲ ਹੈਲਪ ਲੈਣ ਆ ਰਿਹਾ, ਕਿੰਨੇ ਕੁ ਵਾਰੀ ਆ ਚੁੱਕਾ, ਕਿੰਨੀ ਵਾਰੀ ਆਇਆ? ਬਸ਼ਰਮੋ ਕੁਛ ਸ਼ਰਮ ਨੂੰ ਹੱਥ ਮਾਰ ਲੋ, ਸ਼ਰਮ ਨੂੰ ਹੱਥ ਮਾਰ ਲੋ, ਆਪਣੇ ਬੱਚਿਆਂ ਵਾਲੇ ਹੋ ਤੁਸੀਂ। ਆਹ ਬੰਦਾ ਕਿਤਨੀ ਦੇਰ ਸੇ ਘੁੰਮ ਰਿਹਾ ਆਪਣੇ ਬੱਚੇ ਕੋ ਲੈ ਕੇ ਇਲਾਜ ਕੇ ਲਈ? 1 ਸਾਲ ਹੋ ਗਿਆ। ਕਿੰਨੇ ਪੈਸੇ ਕੀ ਜ਼ਰੂਰਤ ਹੈ ਤੇਰੇ ਕੋ? 1.5 ਲੱਖ। ਉਹ ਗੁਪਤ ਵਾਲਿਓ ਆ ਜਾਓ, 1.5 ਲੱਖ ਰੁਪਿਆ। ਬਾਬਾ ਜੀ ਆਪਕੀ ਮਦਦ ਹੋਈ ਥੀ ਆਜ ਸੇ 1 ਮਹੀਨਾ ਪਹਿਲੇ, DMC ਮੇਂ ਆਪਕਾ ਮਰੀਜ਼ ਐਡਮਿਟ ਥਾ, ਤੋ ਕਿਤਨਾ ਪੈਸਾ ਮਿਲਾ ਥਾ ਆਪਕੋ ਇਸ ਸੰਸਥਾ ਸੇ? ਆਪਕੋ ਕਿਤਨਾ ਪੈਸਾ ਮਿਲਾ ਥਾ? 86,000 ਰੁਪਿਆ ਮਿਲਾ ਥਾ DMC ਮੇਂ ਤੁਮੇ, 86,000 ਰੁਪਿਆ ਮਿਲਾ ਥਾ, ਔਰ ਤੁਮੇ ਡਾਕਟਰ ਨੇ ਕਹਿ ਦਿਆ ਥਾ ਪੈਸਾ ਨਹੀਂ ਹੈ ਤੋ ਲੈ ਜਾਓ, ਔਰ ਮਰੀਜ਼ ਕਾ ਕਿਆ ਹੋਣਾ ਥਾ ਅਗਰ ਪੈਸਾ ਨਾ ਮਿਲਤਾ? ਮਰ ਜਾਤਾ, ਮਰੀਜ਼ ਮਰ ਜਾਤਾ ਅਗਰ ਪੈਸਾ ਨਾ ਮਿਲਤਾ। ਬਸ਼ਰਮੋ ਸੁਣ ਲੋ ਬਾਈ, ਤੇਰੇ ਕੋ ਕਬ ਸੇ ਤੇਰਾ ਇਲਾਜ ਰੁਕਾ ਹੁਆ? 1 ਸਾਲ ਸੇ ਉਪਰ ਹੋ ਗਿਆ ਤੇਰੇ ਕੋ ਪੈਸੇ ਨਹੀਂ। ਬਸ਼ਰਮੋ ਸੁਣ ਲੋ, ਤੁਹਾਡੇ ਘਰ ਮਰੀਜ਼ ਭੇਜ ਰਿਹਾ ਸਵੇਰੇ। ਬਾਈ ਤੂੰ ਕਦੋਂ ਤੋਂ ਸਾਡੇ ਕੋਲ ਦਵਾਈ ਲੈ ਕੇ ਜਾ ਰਿਹਾ? 3 ਮਹੀਨੇ ਹੋ ਗਏ ਤੈਨੂੰ ਦਵਾਈ ਲੈ ਕੇ ਜਾਂਦੇ, ਤੇ ਤੇਰੇ ਕੋ ਇੰਨੇ ਪੈਸੇ ਵੀ ਨਹੀਂ ਸੀ ਆਪਣੀ ਦਵਾਈ ਲੈਣ ਜੋਗੇ। ਕਿੰਨਾ ਕਿਡਨੀ ਟ੍ਰਾਂਸਪਲਾਂਟ ਤੇ ਤੇਰੇ ਪੈਸਾ ਲੱਗ ਗਿਆ ਸੀ? 15-16 ਲੱਖ ਰੁਪਏ ਮੇਰਾ ਲਾ ਚੁੱਕਾ ਹੈ। ਉਹ ਬਸ਼ਰਮੋ ਆ ਜਾਓ, ਇਹਨੂੰ ਦਵਾਈ ਲੈ ਦੋ। ਬਾਈ ਤੈਨੂੰ ਕੀ ਹੋਇਆ? ਅੱਛਾ ਤੇਰੇ ਕੋਲ ਅੱਗੇ ਦਵਾਈ ਵਾਸਤੇ ਪੈਸੇ ਨੇ? ਉਹ ਬਸ਼ਰਮੋ ਆ ਜਾਓ, ਦਵਾਈ ਲੈ ਦੋ। ਆ ਭੈਣ ਸਾਡੀ ਆਪਣੇ ਨਾ ਹਸਬੈਂਡ ਨੂੰ ਜ਼ਿੰਦਗੀ ਮੌਤ ਨਾਲ ਲੜਾਈ ਕਰਨ ਲਈ ਨਾ ਅੱਜ ਹਸਪੀਟਲ ਲੈ ਗਈ ਉਹਦੇ ਕੋਲ। ਦੀਦੀ ਤੁਸੀਂ ਮੇਰੇ ਕੋਲ ਕਿੰਨੇ ਦਿਨ ਪਹਿਲਾਂ ਆਏ ਸੀ? ਤੁਸੀਂ ਰੋ ਕਿਉਂ ਰਹੇ ਹੋ? ਤੁਹਾਡਾ ਕੋਈ ਆਪਾਂ ਇੱਥੇ ਵੀਡੀਓ ਚ ਇਹਨਾਂ ਵਾਸਤੇ ਵੀਡੀਓ ਨਹੀਂ ਪਾਉਂਦਾ ਮੈਂ, ਇਹ ਉਹਨਾਂ ਵਾਸਤੇ ਵੀਡੀਓ ਪਾਉਣਾ। ਚਲੋ ਮੈਂ ਬਾਅਦ ਦੱਸਾਂਗਾ, ਤੁਸੀਂ ਕਦੋਂ ਆਏ ਸੀ ਮੇਰੇ ਕੋਲ? ਕੀ ਹੋਇਆ ਸੀ ਦੀਦੀ? ਤੁਸੀਂ ਰੋਣਾ ਨਹੀਂ ਪਹਿਲਾਂ, ਕੋਈ ਚੱਕਰ ਵਾਲੀ ਗੱਲ ਨਹੀਂ, ਇੱਦਾਂ ਦੀ ਰੱਬ ਨਾ ਕਰੇ ਜੇ ਮਰੀਜ਼ ਨੂੰ ਕੁਛ ਹੋ ਗਿਆ ਬਿਨਾਂ ਪੈਸਿਆਂ ਤੋਂ, ਸਿੱਧੀਆਂ ਤੁਹਾਡੇ ਬੱਚਿਆਂ ਲਈ ਹੈ। ਸ਼ਰਮ ਨੂੰ ਹੱਥ ਮਾਰਿਆ ਕਰੋ ਇਸ ਐਨਜੀਓ ਬਾਰੇ ਬੋਲਣ ਤੋਂ ਪਹਿਲਾਂ। ਇਕੱਠੇ ਹੋ ਜਾਂਦੇ ਹੋ ਕਿ ਵੀਰੇ, ਮੈਂ ਦੱਸਦਾ ਅੱਜ ਮੈਂ ਕਲਪ ਕਿਉਂ ਰਹਿਣ ਤੇ ਦੱਸਦਾ। ਸਾਡੇ ਕੋਲ ਆਹ ਭੈਣ ਸਾਡੀ, ਕਿਤਨੀ ਦੇਰ ਸੇ ਆਪਕੇ ਹਸਬੈਂਡ ਕਾ ਆਪਰੇਸ਼ਨ ਰੁਕਾ ਹੁਆ? 2 ਸਾਲ ਤੋਂ ਇਹਦੇ ਘਰ ਦਾ ਆਪਰੇਸ਼ਨ ਰੁਕਿਆ ਪਿਆ 60,000 ਰੁਪਏ ਕਰਕੇ। 30,000 ਰੁਪਏ ਇਸ ਭੈਣ ਨੇ ਕਰਨਾ, 30,000 ਰੁਪਏ ਐਸ ਐਨਜੀਓ ਵੱਲੋਂ ਆਉਣਾ, 10,000 ਰੁਪਏ ਨੂੰ ਅੱਜ ਮਿਲ ਗਿਆ। ਉਹ ਬਸ਼ਰਮੋ ਆ ਕੇ ਦੀ ਹੈਲਪ ਕਰ ਦਿਓ। ਉਹ ਪਿੱਛੇ ਸਾਡੀ ਭੈਣ ਖੜੀ ਆ, ਉਹਦਾ ਘਰ ਵਾਲਾ ਬਿਮਾਰ ਆ, ਉਹਦੇ ਕੋਲ ਦਵਾਈ ਵਾਸਤੇ ਪੈਸੇ ਹੈ ਨਹੀਂ। ਆਓ ਬਸ਼ਰਮੋ ਦੀ ਆ ਕੇ ਹੈਲਪ ਕਰ ਦਿਓ। ਭੌਂਕਦੇ ਪਏ ਹੋ ਘਰਾਂ 'ਚ ਬਹਿ ਕੇ, ਅੱਜ ਦੁੱਖ ਪਤਾ ਕਿਉਂ ਲੱਗਿਆ? ਇੱਕ ਡੋਨਰ ਨੂੰ ਸਾਡੇ ਐਨਜੀਓ ਦੇ ਵਿੱਚ ਫੋਨ ਗਿਆ ਕਿ ਅੰਕਲ ਜੀ ਤੁਸੀਂ ਇਸ ਐਨਜੀਓ ਦੇ ਵਿੱਚ ਰਜਿਸਟਰ ਕੀਤਾ ਹੋਇਆ ਤੇ ਤੁਹਾਡੀ ਹੈਲਪ ਦੀ ਲੋੜ ਹੈ, ਪਲੀਜ਼ ਆ ਕੇ ਡੋਨੇਸ਼ਨ ਦੇ ਜਾਓ। ਤਾਂ ਉਹ ਅੰਕਲ ਨੇ ਅੱਗੋਂ ਜਵਾਬ ਦਿੱਤਾ ਕਿ ਵੀਰੇ ਅਨਮੋਲ ਦੇ ਖਿਲਾਫ ਤਾਂ ਬਹੁਤ ਵੀਡੀਓਜ਼ ਆ ਗਈਆਂ, ਹੁਣ ਸਾਨੂੰ ਉਹਦੇ ਤੇ ਵਿਸ਼ਵਾਸ ਨਹੀਂ। ਇਹ ਬਦਦੁਆ ਪਤਾ ਕਿਹਨੂੰ ਜਾ ਰਹੀਆਂ? ਜੇ ਅੱਜ ਇਹਦਾ ਘਰ ਵਾਲਾ, ਵੈਸੇ ਤਾਂ ਪਰਮਾਤਮਾ ਦੀ ਪੂਰੀ ਮਿਹਰ ਹੈ, ਕੋਈ ਇੰਨਾ ਮਾੜਾ ਟਾਈਮ ਵੀ ਨਹੀਂ ਆਇਆ ਕਿ ਇਹਦੇ ਸਿਰਫ 10-15-20-50 ਹਜ਼ਾਰ ਪਿੱਛੇ ਤਾਂ ਆਪਾਂ ਘਰ ਵਾਲਾ ਜਾਣ ਦੇਵਾਂਗੇ, ਵਾਹਿਗੁਰੂ ਬਚਾਉਣ ਵਾਲਾ। ਪਰ ਇਹ ਬਸ਼ਰਮੋ ਬਦਦੁਆ ਤੁਹਾਡੇ ਵਾਸਤੇ ਕਿ ਅੱਜ ਜੇ ਡੋਨਰ ਅੱਜ ਇਹਦੀ ਹੈਲਪ ਲੈਣ ਨਹੀਂ ਆਇਆ ਨਾ, ਤੁਸੀਂ ਜ਼ਿੰਮੇਵਾਰ ਹੋ। ਬੜੇ ਦਿਨਾਂ ਤੋਂ ਮੈਂ ਅਗਲਾ ਦਿਲ ਚ ਰੱਖ ਕੇ ਬੈਠਾ ਜੀ, ਮੈਂ ਬੋਲਣੀਆਂ ਨਹੀਂ ਚਾਹੁੰਦਾ ਤਾਂ ਅੱਜ ਬੋਲੂੰਗਾ। ਇਹ ਦੁਨੀਆ ਦੀ ਪਹਿਲੀ ਕੈਸ਼ਲੈਸ ਐਨਜੀਓ ਇਸ ਲਈ ਹੈ ਕਿਉਂਕਿ ਇਸ ਐਨਜੀਓ ਦੇ ਵਿੱਚ ਪੱਲਿਓ ਮੈਂ ਬਹੁਤ ਰੁਪਈਆ ਲਾ ਚੁੱਕਾ, ਬਹੁਤ ਪੈਸਾ ਲਾ ਚੁੱਕਾ ਪੱਲਿਓ, ਬਹੁਤ ਟਾਈਮ ਲਾ ਚੁੱਕਾ, ਬਹੁਤ ਟੀਮ ਨੂੰ ਇਕੱਠਾ ਕਰਦਾ ਇਹ ਹੱਦ ਤੱਕ ਪਹੁੰਚ ਚੁੱਕਾ ਕਿ ਮੈਂ ਡਿਪਰੈਸ਼ਨ ਚ ਜਾਣ ਤੋਂ ਬਚਿਆ, ਡਿਪਰੈਸ਼ਨ ਚ ਗਿਆ ਵੀ ਹਾਂ ਬਾਹਰ ਵੀ ਹਾਂ। ਰੋਜ਼ ਕਲਪਦਾ
ਦੁਖੀ ਇਸ ਲਈ ਹੁੰਦਾ ਕਿ ਜਿਹੜੇ ਲੋਕ ਇੱਕ ਯਾਰ ਕੀ ਮਤਲਬ ਗਾਲਾਂ ਨਿਕਲਦੀਆਂ ਮੂੰਹ ਚੋਂ, ਪਰ ਚਲੋ ਸੋਰੀ ਯਾਰ, ਗਾਲ ਜੇ ਨਿਕਲ ਵੀ ਗਈ ਮਜਬੂਰ ਆ। ਸੱਤ ਸਮੁੰਦਰੋਂ ਬਾਹਰ ਬਹਿ ਕੇ ਮੇਰੇ ਵੱਡੇ ਵੀਰੋ ਤੁਸੀਂ ਮੇਰੇ ਬਾਰੇ ਬੋਲਦੇ ਹੋ ਕਿ ਅਨਮੋਲ ਯੂਟਿਊਬ ਤੋਂ ਪੈਸੇ ਕਮਾਉਂਦਾ। ਜਿੰਨੇ ਯੂਟਿਊਬ ਤੋਂ ਅਨਮੋਲ ਨੇ ਅੱਜ ਤੱਕ ਪੈਸੇ ਕਮਾਏ ਨਾ, ਉਹ ਤਾਂ ਕੰਪਨੀਆਂ ਲੈ ਗਏ ਜਿਨ੍ਹਾਂ ਨੇ ਯੂਟਿਊਬ ਸਾਂਭਿਆ ਹੋਇਆ। ਮੈਂ ਤੁਹਾਨੂੰ ਡਬਲ ਰੁਪਈਆ ਦਿੰਦਾ ਯੂਟਿਊਬ ਤੋਂ ਜਿੰਨਾ ਮੈਂ ਕਮਾਇਆ, ਡਬਲ ਇਸ ਐਨ ਜੀ ਓ ਨੂੰ ਸਾਂਭ ਲਵਾ ਕੇ। ਇਹ ਮੈਂ ਕੋਈ ਆਕੜ ਜਾਂ ਮਾਨ ਚ ਨਹੀਂ ਗੱਲ ਕਹਿ ਰਿਹਾ, ਮੈਂ ਬਹੁਤ ਹੱਥ ਜੋੜ ਕੇ ਗੱਲ ਕਹਿ ਰਿਹਾ। ਮੇਰੇ ਕੋਲ ਨਾ ਹੁਣ ਇਹ ਐਨ ਜੀ ਓ ਚੱਲ ਨਹੀਂ ਰਹੀ। ਇੰਨੀਆਂ ਗੱਲਾਂ ਸੁਣ ਸੁਣ ਕੇ ਨਾ ਤੁਹਾਡੀਆਂ ਮੇਰਾ ਦਿਮਾਗ ਫਟ ਰਿਹਾ ਕਿ ਮੈਂ ਕਰਾਂਗੀ। ਇੱਕ ਜਦੋਂ ਦੁਨੀਆਂ ਦੇ ਵਿੱਚ ਨਾ ਇਸ ਟਾਈਮ ਸਾਡੇ ਕੋਲ ਇੰਨੇ ਮਰੀਜ਼ ਖੜੇ ਆ, ਔਰ ਇਸ ਤੋਂ ਪੰਜ ਗੁਣਾ ਜ਼ਿਆਦਾ, ਇੱਕ ਆਹ ਭੈਣ ਸਾਡੇ ਕੋਲ ਰਹਿ ਗਈ ਵਿਚਾਰੀ। ਬਹਿਣ ਤੂੰ ਮੇਰੇ ਪਾਸ ਕਦੋਂ ਆਈ ਸੀ? ਤੇਰੇ ਬੱਚੇ ਕੀ ਬਾਜੂ ਟੁੱਟੀ ਹੋਈ ਸੀ? ਉਸਕੀ ਬਾਜੂ ਕਬ ਸੇ ਟੁੱਟੀ ਹੋਈ ਆ? ਇੱਕ ਮਹੀਨੇ ਤੋਂ ਉਹਦੇ ਮੁੰਡੇ ਦੀ ਇੰਨਾ ਜਵਾਕ ਉਹਦੀ ਬਾਂਹ ਟੁੱਟੀ ਪਈ ਸੀ, ਉਹਦੇ ਕੋਲ ਆਪਣੇ ਇਲਾਜ ਜੋਗੇ ਪੈਸੇ ਨਹੀਂ ਸੀ, ਰੋਈ ਰੋਈ ਆਈ। ਅਬ ਤੇਰੇ ਲੜਕੇ ਕੀ ਬਾਂਹ ਜੁੜ ਗਈ? ਕਿਸ ਲਈ ਇਹ ਟੁੱਟੀ ਹੋਈ ਸੀ? ਕਿਆ ਇਲਾਜ ਕਿਉਂ ਨਹੀਂ ਹੋ ਰਹਾ ਤਾ ਇਸਕਾ? ਬਸ ਪੈਸੇ ਨਹੀਂ ਸੀਗੇ ਸਾਡੇ ਕੋਲ। ਕਿਆ ਕੰਮ ਕਰਤੇ ਹੋ ਆਪ? ਇਹੀ ਕਵਾਰ ਦਾ ਕਾਗਜ਼ ਵੋ ਚੋ ਦੇ ਸੀ। ਉਹ ਬਸ਼ਰਮੋ, ਜੇ ਇਸ ਮੁੰਡੇ ਇਹਦੇ ਮੁੰਡੇ ਦੀ ਜੇ ਬਾਂਹ ਨਾ ਜੁੜਦੀ, ਇੱਥੇ ਡੋਨਰ ਪੈਸਾ ਨਾ ਦੇਣ ਆਉਂਦਾ, ਇਹਦੇ ਹੱਥ 'ਚ ਪੈਸਾ ਨਾ ਹੁੰਦਾ, ਤੁਹਾਡਾ ਉੱਠ ਕੇ ਆਉਂਦਾ ਇਹਦੀ ਹੈਲਪ ਕਰਨ? ਮੈਨੂੰ ਕਹਿੰਦੇ ਤੈਨੂੰ ਬੋਲਣ ਦੀ ਅਕਲ ਨਹੀਂ। ਤੁਹਾਨੂੰ ਬੋਲਣ ਦੀ ਕਿੰਨੀ ਅਕਲ ਹੈ? ਤੁਸੀਂ ਲਾਈਵ ਹੋ ਕੇ ਮੇਰੇ ਖਿਲਾਫ਼ ਬੋਲ ਰਹੇ ਹੋ। ਅਨਮੋਲ ਨੇ ਜੀ, ਸਤਿ ਸ਼੍ਰੀ ਅਕਾਲ ਜੀ, ਅਨਮੋਲ ਨੇ ਆਹ ਮਰੀਜ਼ ਦੀ ਨਹੀਂ ਕੀਤੀ। ਹਾਂਜੀ, ਨਹੀਂ ਨਹੀਂ ਬਹਿਣਾ, ਉਮਰ ਕੀ ਕੋਈ ਬਾਤ ਨਹੀਂ ਹੈ। ਐਕਚੁਅਲੀ ਦੁਨੀਆ ਮੇ ਮੇਰੇ ਕਰਕੇ ਤਾਂ ਦੁਨੀਆ ਦੇ ਵਿੱਚ ਕੁਛ ਵੀ ਨਹੀਂ ਹੋਇਆ, ਇਹ ਤਾਂ ਉਹ ਜਾਨਵਰਾਂ ਕਰਕੇ ਹੋਇਆ ਜਿਹੜੇ ਨਾ ਤਿੰਨਾਂ ਚ ਨਾ ਤੇਰਾਂ ਚ ਨਾ ਕਿਸੇ ਦੇ ਮਰੇ ਚ ਨਾ ਕਿਸੇ ਦੇ ਜੰਮਣ ਚ। ਸੁਣੋ, ਹੁਣ ਜਦੋਂ ਇਸ ਐਨ ਜੀ ਓ ਦੇ ਵਿੱਚ ਕਿਸੇ ਡੋਨਰ ਨੂੰ ਫੋਨ ਕੀਤਾ ਨਾ ਕਿ ਵੀਰੇ ਹੈਲਪ ਦੀ ਲੋੜ ਹੈ, ਤਾਂ ਕਹਿੰਦੇ ਅਨਮੋਲ ਦੇ ਖਿਲਾਫ਼ ਤਾਂ ਬਹੁਤ ਵੀਡੀਓ ਆ ਗਈਆਂ, ਹੁਣ ਅਸੀਂ ਡੋਨੇਸ਼ਨ ਦੇਣ ਨਹੀਂ ਆਇਆ। ਉਹਦੇ ਚ ਮੈਨੂੰ ਕੁਛ ਫਰਕ ਨਹੀਂ ਪਿਆ, ਫਰਕ ਪੈਣਾ ਉਹ ਮਰੀਜ਼ਾਂ ਨੂੰ ਜਿਨ੍ਹਾਂ ਦੇ ਮਰੀਜ਼ ਦੁਨੀਆ ਛੱਡਣੇ ਪਏ ਆ ਕਰਕੇ। ਆਹ ਬੰਦਾ ਖਾਈ ਖੜਾ ਸਾਡੇ ਕੋਲ ਪਿੱਛੇ, ਇਹ ਅੱਜ ਤੋਂ ਬਾਈ ਮੇਰੇ ਕੋਲ ਮਹੀਨਾ ਪਹਿਲਾਂ ਆਇਆ ਸੀ। ਇਹਦਾ ਨਾ ਹੌਸਪੀਟਲ ਦੇ ਮਰੀਜ਼, ਇਹ ਬੰਦਾ ਆਪਣੇ ਮਰੀਜ਼ ਨੂੰ ਹੌਸਪੀਟਲ ਦੇ ਵਿੱਚੋਂ ਕੱਢ ਕੇ ਪੀਜੇ ਲੈ ਗਿਆ ਸੀ ਕਿ ਮੇਰੇ ਹੱਥ ਖੜੇ ਹੋ ਗਏ। 3-4 ਲੱਖ ਰੁਪਏ ਦੇ ਥੱਲੇ ਆ ਇਸ ਟਾਈਮ ਬੰਦਾ, ਔਰ ਇਹ ਬੰਦੇ ਨੂੰ ਕਿਸੇ ਨੇ ਫੂਕਾਂ ਚਕਾ ਚਕਾ ਕੇ ਮੇਰੇ ਖਿਲਾਫ਼ ਵੀਡੀਓ ਪਵਾਈ ਸੀ, ਕਮੈਂਟ ਲਗਾਏ ਸੀ, ਗਾਲਾਂ ਤੱਕ ਕਢਾਈਆਂ ਸੀ। ਅੱਜ ਫਿਰ ਉਹਦੀ 30-35 ਹਜ਼ਾਰ ਦੀ ਹੈਲਪ ਹੋ ਚੁੱਕੀ। ਬਾਈ ਕਿੰਨੇ ਦੀ ਹੈਲਪ ਹੋ ਗਈ ਤੇਰੀ? 30-35 ਹਜ਼ਾਰ ਦੀ ਹੋ ਗਈ। 80 ਹਜ਼ਾਰ ਦੀ ਹੈਲਪ ਹੋ ਗਈ ਸੈਂਜ, ਸੱਚੀ ਤਾਂ ਹੋਈ ਹੈ ਕਿ ਯਾਰ ਮਜ਼ਾਕ ਹੈ। ਅੱਛਾ, 50 ਹਜ਼ਾਰ ਇੱਥੇ, 30 ਹਜ਼ਾਰ ਉੱਥੇ, ਅਸਲੀ ਚ ਆਏ ਕਿ ਝੂਠ ਬੋਲ ਰਹੇ? ਅਸਲੀ ਚ ਹੋਈ ਆ। ਆਹ 5-5 ਹਜ਼ਾਰ ਵਾਲੇ ਸੁਣ ਲਓ, ਇਸ ਐਨ ਜੀ ਓ ਦੇ ਵਿੱਚ ਨਾ 2-2.5 ਕਰੋੜ ਦੀ ਸੇਵਾ ਹੋ ਚੁੱਕੀ ਹੈ। ਮੈਂ ਪ੍ਰੈਕਟੀਕਲੀ ਹਿਸਾਬ ਦੇਣ ਨੂੰ ਤਿਆਰ ਹਾਂ, ਮੇਰੇ ਕੋਲ ਜਦੋਂ ਮਰਜ਼ੀ ਆ ਕੇ ਮੱਥੇ ਲੱਗ ਜਾਓ। ਜਿਹੜੇ ਲੋਕ ਕਹਿੰਦੇ ਨਾ ਅਨਮੋਲ ਪਬਲਿਸਿਟੀ ਕਰਦਾ, ਮੈਂ ਮੂੰਹ ਤੇ ਨਾ ਚੁੰਨੀ ਬੰਨ ਕੇ ਲਾਈਵ ਕਰ ਲਿਆ ਕਰੂੰਗਾ। ਇੱਕ ਐਨ ਜੀ ਓ ਦੇ ਵਿੱਚੋਂ ਫੋਨ ਜਾਂਦਾ ਕਿ ਡੋਨਰ ਨੂੰ ਕਿ ਵੀਰੇ ਸੇਵਾ ਦੀ ਲੋੜ ਹੈ, ਕਹਿੰਦੇ ਯਾਰ ਅਨਮੋਲ ਨੂੰ ਯੂਟਿਊਬ ਤੋਂ 1 ਰੁਪਏ ਆਉਂਦੇ, ਉਹ 'ਚੋਂ ਹੈਲਪ ਕਰਾ ਲਓ। ਜੇ ਅਨਮੋਲ ਨੂੰ ਯੂਟਿਊਬ 'ਚੋਂ 1 ਰੁਪਏ ਆਉਂਦੇ ਨਾ, ਇੱਥੇ ਬਹਿ ਕੇ ਮੈਂ ਤੁਹਾਡੇ ਤਰਲੇ ਨਾ ਕੱਢਦਾ ਕਿ ਆ ਕੇ ਇਹਨਾਂ ਨੂੰ ਪੈਸੇ ਦੇ ਦਿਓ। ਔਰ ਇੰਨੀ ਤੁਹਾਡੇ ਅੰਦਰ ਗਰਮੀ ਮੱਚਦੀ ਹੈ, ਤੁਸੀਂ ਕਹਿੰਦੇ ਹੋ ਜੀ ਸਾਡਾ ਕੰਮ ਨਹੀਂ ਐਨ ਜੀ ਓ ਚਲਾਉਣਾ। ਐਨ ਜੀ ਓ ਦਾ ਮੇਰਾ ਚਲਾਉਣਾ ਵੀ ਕੰਮ ਨਹੀਂ ਹੈਗਾ, ਇਹ ਐਨ ਜੀ ਓ ਮੇਰੀ ਵੀ ਕੋਈ ਰਜਿਸਟਰਡ ਕਰਾਈ ਹੋਈ ਨਹੀਂ ਹੈਗੀ। ਇੱਕ ਕੰਨ ਖੋਲ ਕੇ ਗੱਲ ਸੁਣ ਲਓ, ਜਿੱਦਾਂ ਤੁਹਾਡੇ ਅੰਦਰ ਕਿਸੇ ਮਰੀਜ਼ ਨੂੰ ਲੈ ਕੇ ਦਰਦ ਹੈ ਨਾ, ਉਦਾਂ ਹੀ ਮੇਰੇ ਅੰਦਰ ਲੈ ਕੇ ਆ। ਸਾਡੇ ਵਰਗੀ ਲੋਕ ਤਾਂ ਇੰਨੇ ਗਿਰੇ ਹੋਏ ਇਨਸਾਨ ਨੇ ਕਿ ਇੱਕ ਰੱਬ ਦੇ ਘਰ ਮੰਗਣ ਜਾਂਦੇ ਨੇ, ਤੇ ਉਹ ਰੱਬ ਵੀ ਕਿਤੇ 2 ਦਿਨ ਦੇਰੀ ਲਾ ਦੇਵੇ ਨਾ ਦੇਣ ਨੂੰ, ਤਾਂ ਉਹਦੇ ਖਿਲਾਫ਼ ਲਾਈਵ ਹੋ ਜਾਂਗੇ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਫਲਾਣੇ ਰੱਬ ਦੇ ਘਰ ਗਿਆ ਸੀ, ਮੇਰੀ ਇਹਨੇ ਸੁਣੀ ਨਹੀਂ, ਮੈਂ ਅਗਲੇ ਦਿਨ ਰੱਬ ਬਦਲਿਆ, ਮੈਂ ਤਾਂ ਫਿਰ ਇਨਸਾਨ ਹਾਂ। ਸ਼ਰਮ ਨੂੰ ਹੱਥ ਮਾਰਿਆ ਕਰੋ ਕਿ ਜੋ ਤੁਸੀਂ ਕਰ ਰਹੇ ਹੋ ਇਸ ਐਨ ਜੀ ਓ ਨੂੰ ਬੁਰਾਈ ਕੀ ਕਰ ਕੀ ਰਹੇ ਹੋ, ਇਸ ਐਨ ਜੀ ਓ ਦੀ ਬਦਨਾਮੀ ਕਰ ਰਹੇ ਹੋ ਕਿ ਡੋਨਰ ਆਣੇ ਬੰਦ ਹੋ ਜਾਣ। ਮੈਂ ਕਹਿੰਦਾ ਅੱਜ ਇਹ ਮਰੀਜ਼ਾਂ ਦੀ 80 ਹਜ਼ਾਰ ਦੀ ਹੈਲਪ ਹੋਈ, ਉਹਦਾ ਮਰੀਜ਼ ਤਾਂ ਬਚਿਆ, ਉਹਨੂੰ ਦਵਾਈਆਂ ਮਿਲੀ ਤਾਂ ਉਹ ਜਸਾ ਲੈ ਰਿਹਾ, ਉਹਦੇ ਮਰੀਜ਼ ਨੂੰ ਪੈਸੇ ਮਿਲੇ ਤਾਂ ਉਹਦੀ ਹੱਡੀ ਜੁੜਨੀ, ਇਹਨੂੰ 30 ਹਜ਼ਾਰ ਮਿਲਣਾ ਤਾਂ ਇਹਦਾ ਆਪਰੇਸ਼ਨ ਹੋਣਾ, ਆ ਬਾਈ ਨੂੰ 500 ਰੁਪਏ ਮਿਲਿਆ ਤਾਂ ਦਵਾਈ ਲਊਗਾ, ਉਹਨੂੰ ਭੈਣ ਨੂੰ 10 ਹਜ਼ਾਰ ਪਿੱਛੇ ਮਿਲਿਆ ਤਾਂ ਉਹਦਾ ਆਪਰੇਸ਼ਨ ਹੋਣਾ, ਇੰਨੇ ਹੁਣੀ ਐਡਮਿਟ ਹੋਣਾ। ਇਹਨਾਂ ਨੂੰ ਜੇ ਪੈਸੇ ਨਾ ਮਿਲਣ ਤਾਂ ਸਾਰੀ ਵਾਧੂਆਂ ਤੁਹਾਡੇ ਘਰ ਜਾਣਗੀਆਂ, ਇਹ ਵਾਧੂਆਂ ਜਰਨ ਲਈ ਤਿਆਰ ਹੋ ਜਾਓ। ਤੁਹਾਡੀ ਭਲਾਈ ਲਈ ਕਹਿੰਦਾ ਮੈਨੂੰ ਨਾ ਛੇੜੋ, ਮੈਂ ਬੋਲਣਾ ਨਹੀਂ ਚਾਹੁੰਦਾ, ਮੈਂ ਮਜਬੂਰ ਹੋ ਜਾਂਦਾ, ਮੈਂ ਬਹੁਤ ਹੀ ਹੱਥ ਜੋੜ ਕੇ ਬੋਲਣ ਵਾਲਾ ਬੰਦਾ ਵੀਰੇ, ਮੇਰੇ ਇੰਨੇ ਮੇਰੇ 'ਚ ਦਮ ਹੈ ਨਹੀਂ ਕਿ ਮੈਂ ਤੁਹਾਡੇ ਨਾਲ ਲੜ ਸਕਾਂ। ਮੈਂ ਤਾਂ ਚਪੇੜ ਖਾ ਕੇ ਜਨਾਨੀ ਵਾਂਗੂ ਰੋਣ ਵਾਲਾ ਬੰਦਾ, ਮੇਰੇ ਜੇ ਕੋਈ ਚਪੇੜ ਮਾਰ ਦੇਵੇ ਨਾ ਮੈਨੂੰ ਲੜਨਾ ਨਹੀਂ ਆਉਂਦਾ, ਮੈਨੂੰ ਰੋਣਾ ਆਉਂਦਾ ਕਿ ਓਏ ਹੋਏ ਮੈਨੂੰ ਮਾਰਤਾ। ਮੇਰੀ 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 ਜਿੰਨੀ ਕਪੈਸਿਟੀ ਆ, ਮੇਰੇ ਖੂਨ 'ਚ ਜੋ ਭਰਿਆ ਮੈਂ ਉੱਦਾਂ ਦਾ ਹੀ ਹਾਂ। ਮੈਂ ਕੋਈ ਬਹੁਤੇ ਦਨਾਲੀਆਂ ਬੰਦੂਕਾਂ ਵਾਲੇ ਕਿਰਪਾਨਾਂ ਵਾਲੇ ਘਰਾਂ 'ਚੋਂ ਨਹੀਂ ਹੈਗਾ ਕਿ ਵੱਢ ਦਿਆਂਗੇ, ਮਾਰ ਦਿਆਂਗੇ, ਚੀਰ ਦਿਆਂਗੇ, ਨਾ, ਮੈਂ ਬੜੇ ਡਰਪੋਕ ਫੈਮਿਲੀ 'ਚੋਂ ਹਾਂ। ਮੈਂ ਤਾਂ ਇੱਦਾਂ ਦਾ ਬੰਦਾ ਕਿ ਜੇ ਮੈਨੂੰ ਕੋਈ ਗਾਲ ਵੀ ਕੱਢੇ ਤਾਂ ਮੈਂ ਅੱਗੇ ਕਹਿੰਦਾ ਮੈਂ ਰੋਣ ਲੱਗ ਜਾਊਂਗਾ ਯਾਰ, ਮੇਰੇ ਚਪੇੜ ਨਾ ਮਾਰੀ, ਇੰਨਾ ਡਰਪੋਕ ਆ ਮੈਂ। ਹੋਰ ਸੁਣਨਾ ਚਾਹੁੰਦੇ ਹੋ ਕੁਛ? ਇਹੀ ਸੁਣਨਾ ਚਾਹੁੰਦੇ ਹੋ? ਬੜੇ ਆਪਣੇ ਆਪ ਨੂੰ ਵਿਦਵਾਨ ਮੰਨੇ ਹੋ ਫੇਸਬੁੱਕ ਤੇ ਲਾਈਵ ਹੋ ਕੇ, ਅਨਮੋਲ ਨੇ ਆਹ ਨਹੀਂ ਕੀਤਾ, ਅਨਮੋਲ ਨੇ ਆਹ ਨਹੀਂ ਕੀਤਾ, ਤੁਸੀਂ ਕੀ ਕੀਤਾ? ਅਨਮੋਲ ਨੇ ਤਾਂ ਫਿਰ ਇਸ ਐਨ ਜੀ ਓ ਦੇ ਵਿੱਚ ਐਡੀ ਯੂਥ ਇੰਡੀਆ ਦੀ ਮਗਰ ਲਾ ਲਈ ਆ। ਮੁੰਡਾ ਦਿੱਲੀ ਤੋਂ ਆਇਆ, ਕਿੱਧਰ ਗਿਆ ਦਿੱਲੀ ਵਾਲਾ ਬਾਈ? ਆ ਜਾ ਯਾਰ, ਆ ਮੇਰਾ ਬਾਈ ਦਿੱਲੀ ਤੋਂ ਆਇਆ।
ਉਹ ਕਿੱਥੇ ਭੁਗਤੂਗੇ ਉਹ ਬਾਦੋਵਾਂ ਉਹ ਬੱਚਿਆਂ ਦੀਆਂ ਯਾਰ ਜਿਨ੍ਹਾਂ ਦਾ ਇਲਾਜ ਰਹਿ ਜਾਣਾ ਤੁਹਾਡੇ ਕਰਕੇ। ਅੱਜ ਜਿਹੜੇ ਡੋਨਰ ਨੇ ਇੱਕ ਜਵਾਬ ਦਿੱਤਾ ਨਾ ਕਿ ਮੈਂ ਆਣਾ ਨੀ, ਅਨਮੋਲ ਦੀ ਨੈਗੇਟਿਵਿਟੀ ਬਹੁਤ ਫੈਲ ਰਹੀ ਆ ਹੁਣ, ਉਹ ਬਸ਼ਰਮੋ ਉਹਦੀਆਂ ਬਾਦੋਵਾਂ ਬੱਚੇ ਦੀਆਂ ਤੁਹਾਡੇ ਘਰ ਆਣੀਆਂ, ਮੇਰੇ ਕੋਲ ਨੀ ਜਾਣੀਆਂ। ਨਾ ਮੈਂ ਸਿੰਘ ਜੋ ਕੁਛ ਕਮਾਇਆ, 78,000 ਰੁਪਇਆ DMC ਜੋ ਮਰੀਜ਼ ਨੂੰ ਮਿਲਣਾ ਤਾਂ ਮੈਨੂੰ ਨੀ ਵਿੱਚ ਕਿੱਥੋਂ ਕੁਛ ਮਿਲਿਆ, ਆ 22,000 ਚ ਉਹਦੇ ਮੁੰਡੇ ਦੀ ਬਾਂਹ ਜੁੜਨੀ ਆ, ਮੈਨੂੰ ਨੀ ਕੁਛ ਮਿਲਣਾ, ਆ ਬਾਈ ਦਾ ਇਲਾਜ ਹੋਣਾ ਚ ਮੈਨੂੰ ਨੀ ਕੁਛ ਮਿਲਣਾ। ਆਓ ਤੁਸੀਂ ਆ ਕੇ ਇਹਦਾ ਤੁਸੀਂ ਇਲਾਜ ਕਰਾ ਦੋ, ਮੈਂ ਕੀ ਕਰਨ ਦੋ ਮੁੰਡੇ, ਤੁਸੀਂ ਆ ਜਾਓ ਆ ਕੇ ਇਹਦਾ ਇਲਾਜ ਕਰਾ ਦੋ। ਮੇਰੇ ਵੀਰ ਕਹਿੰਦੇ ਤੂੰ ਕਲਪਿਆ ਨਾ ਕਰ, ਮੈਂ ਨਹੀਂ ਕਲਪਦਾ। ਚਲੋ ਜੀ ਮੈਂ ਘਰ ਬਹਿ ਗਿਆ, ਕੱਲ ਨੂੰ ਮੈਂ ਆਪਣਾ ਕੰਮ ਕਾਰ ਕਰਨ ਲੱਗ ਗਿਆ, ਵਧੀਆ ਰੋਟੀ ਖਾਣ ਲੱਗ ਪਿਆ। ਇਹ ਮਰੀਜ਼ਾਂ ਦੀ ਜ਼ਿੰਮੇਵਾਰੀ ਤੁਸੀਂ ਸਾਂਭੋਗੇ ਆ ਕੇ। ਰੋਜ਼ ਦੇ 100-150 ਮਰੀਜ਼ ਹਸਪੀਟਲ ਦੇ ਵਿੱਚ ਅਨਮੋਲ ਨੂੰ ਮਿਲਣ ਵਾਸਤੇ ਖੜੇ ਆ, ਕੀ ਇਹਦੀ ਜ਼ਿੰਮੇਵਾਰੀ ਤੁਸੀਂ ਸਾਂਭੋਗੇ? ਮੈਂ ਨਾ ਬਹੁਤਾ ਆਪਣੇ ਤੇ ਉਹ ਨਹੀਂ ਜਤਾਉਂਦਾ ਕਿ ਮੈਂ ਬਹੁਤ ਵੱਡੀ ਹਸਤੀ, ਮੈਂ ਤਾਂ ਇਹ ਕਹਿੰਦਾ ਮੈਨੂੰ ਮਟਾਨ ਤੁਰੇ ਹੋ, 10% ਮੇਰਾ ਹਿੱਸਾ ਤਾਂ ਚੱਕ ਲਓ, ਮਟਾਨ ਤੁਰੇ ਹੋ ਕਿ ਖਤਮ ਕਰਨੀ ਆ ਹਸਤੀ ਅਨਮੋਲ ਦੀ, ਨੂੰ ਬਦਨਾਮ ਕਰਨਾ, ਇੱਕ ਦਿਨ ਅਨਮੋਲ ਤੇ ਐਸਾ ਲਿਆਣਾ, ਕੀ ਲਿਆਣਾ? ਅਨਪੜ੍ਹ ਲੋਕੋ, ਇਹ ਸਿੰਜੇ ਦਾ ਕੋਈ ਅਕਾਊਂਟ ਨੰਬਰ ਨਹੀਂ ਹੈਗਾ, ਮੈਨੂੰ ਭੌਂਕ ਭੌਂਕ ਦੱਸ ਦਿਓ ਕਿ ਅਨਮੋਲ ਪੈਸਾ ਖਾ ਗਿਆ, ਤੁਹਾਡੇ ਘਰ ਦੇ ਮੈਨੂੰ ਆ ਕੇ ਪੈਸੇ ਦੇ ਕੇ ਜਿਹੜੇ ਮੈਂ ਖਾ ਗਿਆ। ਲੋਕੀ ਪੈਸਾ ਦੇਣ ਆਉਂਦੇ ਆ, ਇੱਥੇ ਦੇ ਕੇ ਜਾਂਦੇ ਆ, ਮਰੀਜ਼ਾਂ ਨੂੰ ਇਲਾਜ ਕਰਾ ਦਿੰਦੇ, ਮੈਂ ਖਾ ਕਿਹੜੇ ਪਾਸ ਹੋ ਗਿਆ? ਮੈਨੂੰ ਦੱਸੋ ਜਰਾ, ਖੁੱਲ ਕੇ ਦੱਸੋ, ਜਣਾ ਖਣਾ ਮੂੰਹ ਚੱਕ ਕੇ ਰੋਜ਼ ਲਾਈਵ ਹੋਇਆ ਹੋਇਆ, ਆ ਅਨਮੋਲ ਨੇ ਆ ਨੀ ਕੀਤਾ, ਅਨਮੋਲ ਨੇ ਆ ਨੀ ਕੀਤਾ, ਉੱਤੋਂ ਉਹਨਾਂ ਨੂੰ ਵੀ ਗਾਲਾਂ ਕੱਢ ਲਓ ਜਿਨ੍ਹਾਂ ਨੇ ਦੁਨੀਆ ਬਣਾਈ, ਉਹਨਾਂ ਨੇ ਵੀ ਨੀ ਕੀਤਾ। ਆਪਾਂ ਸਾਰੇ ਖੜੇ ਆ, ਤੁਸੀਂ ਵੀਡੀਓ ਦੇਖ ਰਹੇ ਹੋ, ਘਰ ਦੇ ਵਿੱਚ 4 ਬੱਚੇ ਹੁੰਦੇ ਨਾ, ਕਈ ਵਾਰ ਪਿਓ ਨੂੰ ਵੀ 3 ਰਸਾਉਣ ਵਾਸਤੇ, 1 ਮਨਾਉਣ ਵਾਸਤੇ ਨਾ 1 ਨੂੰ ਰਸਾਉਣਾ ਪੈਂਦਾ। ਉਹ ਇੱਥੇ ਤਾਂ ਦੁਨੀਆ, ਕੋਈ ਐਸਾ ਬੰਦਾ ਹੱਥ ਖੜਾ ਕਰਕੇ ਦੱਸੇ ਕਿ ਵੀਰੇ ਮੈਂ NGO ਖੋਲਦਾ, ਜਿੰਨੇ ਪੰਜਾਬ 'ਚ ਮਰੀਜ਼ ਆ ਮੈਂ ਸਾਰੇ ਖੁਸ਼ ਕਰੂੰ? ਕੋਈ ਨਾ ਜੰਮਿਆ ਨਾ ਜੰਮਣਾ, ਨਾ ਕੋਈ ਇਸ ਟਾਈਮ ਪੈਦਾ ਹੋਇਆ ਹੋਇਆ, ਇਹ ਵਾਹਿਗੁਰੂ ਦੀ ਧਰਤੀ ਹੈ, ਇੱਥੇ ਦੁੱਖ ਘਰ ਬੈਠੇ ਨਹੀਂ ਪਤਾ ਲੱਗਦੇ ਕਿੰਨੇ ਕਹਿ, ਇੱਥੇ ਆ ਕੇ ਪਤਾ ਲੱਗਦੇ। ਔਰ ਜਿਹੜੇ 5,000 ਬੋਲਣ ਵਾਲੇ ਹੋ ਨਾ, 5,000 ਕਰਦੇ ਕਰਦੇ ਰੋਜ਼ ਦੀ 1.5-2 ਲੱਖ ਜਾਂਦੀ ਹੈ। ਤੁਹਾਡਾ ਆਪਣਾ ਮਰੀਜ਼ ਹੈ ਤੁਹਾਨੂੰ ਤਾਂ ਤੜਪਦਾ, ਮੇਰੇ ਰਿਸ਼ਤੇਦਾਰ ਨਹੀਂ ਆ, ਮੇਰਾ ਮਾਮੇ ਦਾ ਮੁੰਡਾ ਨਹੀਂ ਨਾ ਮੇਰਾ ਮਾਮਾ ਕਿ ਮੈਨੂੰ ਤੜਪ ਰਿਹਾ, ਤੜਪ ਰਿਹਾ ਇਨਸਾਨੀਅਤ ਕਰਕੇ। ਔਰ ਤੁਹਾਡੇ ਵਾਂਗੂ ਨਾ ਮੈਂ ਕਿਸੇ ਹੋਰ ਦਾ ਨਾਮ ਲੈ ਕੇ ਫੇਮਸ ਨਹੀਂ ਹੁੰਦਾ, ਘਰੇ ਬੈਠੇ ਮੂੰਹ ਚੱਕ ਕੇ ਕਿਸੇ ਦਾ ਨਾਮ ਲੈ ਲਿਆ ਫੇਮਸ ਹੋ ਗਏ। ਜੇ ਵਾਕਈ ਇੱਕ ਦੇ ਹੈਗੇ ਨਾ ਆਪਣੇ ਦਮ ਤੇ ਫੇਮਸ ਹੋਵੋ, ਕਿ ਅਨਮੋਲ ਨੇ ਜੇ 2.5-3 ਲੱਖ ਲੋਕਾਂ ਦੀ ਮਦਦ ਕੀਤੀ ਹੈ ਨਾ, ਤਾਂ ਤੁਸੀਂ 5 ਲੱਖ ਲੋਕਾਂ ਦੀ ਹੈਲਪ ਕਰਕੇ ਖੜੋ ਮੈਦਾਨ 'ਚ। ਜੇ ਬਹੁਤੀ ਗੱਲ ਆ, ਮੈਨੂੰ ਕਦੀ ਜਮਾਣਾ ਹੋਇਆ ਨਾ, ਕਹਿੰਦੇ ਹੋ ਕਿ ਅਨਮੋਲ 2.5-3 ਲੱਖ ਫੁਕਰੀ ਮਾਰਦਾ, ਇੱਕ ਪੈਨਸਲ ਤੋਂ ਲੈ ਕੇ ਇੱਕ ਬੰਦੇ ਦੀ ਜਾਨ ਬਚਾਉਣ ਤੱਕ, ਜੇ ਕਿਸੇ ਦਿਨ 3 ਲੱਖ ਬੰਦਾ ਮੂਹਰੇ ਖੜਾ ਕਰਨਾ ਹੋਇਆ ਨਾ, ਵੀਡੀਓ ਅੱਗੇ ਤਾਂ ਕਰ ਦੂੰਗਾ। 3 ਲੱਖ ਬੰਦਾ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੁੱਛੋ, ਜਿਨ੍ਹਾਂ ਨੂੰ ਇਸ NGO ਕਰਕੇ ਕਾਪੀਆਂ ਪੈਨਸਲਾਂ ਰਜਿਸਟਰ ਇਲਾਜ ਦਵਾਈਆਂ ਮਿਲੀਆਂ, ਉਹਨਾਂ ਨੂੰ ਪੁੱਛੋ ਕੀ ਮਿਲਿਆ, ਤੁਹਾਨੂੰ ਆਉਂਦੀਆਂ ਗੱਲਾਂ ਕਰੇ ਬੈਠੇ। ਆਪਣੇ ਬੱਚੇ ਦੀ ਕਦੀ ਅੱਖਾਂ 'ਚ ਅੱਖਾਂ ਪਾ ਕੇ ਦੇਖਿਓ ਕਿ ਉਹ ਤੁਹਾਡੇ ਕੋਲ ਇਲਾਜ ਵਾਸਤੇ ਪੈਸੇ ਹੈ ਨਹੀਂ, ਤੇ ਇੱਕ ਪਾਪੀ ਜਾਂ ਅਨਮੋਲ ਵਰਗੇ ਨੇ ਹੈਲਪ ਕਰਾ ਦੀ, ਤੁਸੀਂ ਉਹਨੂੰ ਗਾਲਾਂ ਕੱਢੋਗੇ? ਹਜੇ ਤਾਂ ਮੈਂ ਆਪਣਾ ਰੁਪਈਆ ਕਮਾਉਣਾ ਸ਼ੁਰੂ ਕੀਤਾ ਨੀ, ਤਾਂ ਤੁਹਾਡੇ ਦੰਦਲ ਪੈ ਗਏ, ਜਿਸ ਦਿਨ ਮੈਂ ਆਪਣਾ ਕੰਮ ਦਾ ਤੁਹਾਡਾ ਬਣਨਾ ਕੀ ਹੈ, ਹਜੇ ਤਾਂ ਮੈਂ ਕੋਲੋਂ ਲਾਇਆ ਹੀ ਹੈ। ਇੱਕ ਹੋ ਗਿਆ ਗੱਲ ਹੋਰ, ਇਸ NGO ਦੇ 250 ਟੀਮ ਮੈਂਬਰ ਨੇ ਔਰ ਉਹ ਮੇਰੇ ਰੱਬ ਨੇ। ਜੇ ਕਦੀ ਕਿਸੇ ਦੇ ਵੀ ਦਿਮਾਗ ਦੇ ਵਿੱਚ ਇੱਕ ਗੱਲ ਆਈ ਨਾ ਕਿ ਅਨਮੋਲ ਪ੍ਰਧਾਨ ਬਣਿਆ ਹੋਇਆ, ਅਨਮੋਲ ਏਦਾਂ ਅਨਮੋਲ ਉੱਦਾਂ, 24 ਘੰਟੇ 7 ਦਿਨ 365 ਦਿਨ ਸਾਲ ਦੇ ਅਨਮੋਲ ਕੁਆਤਰ ਆਪਣੀ ਕੁਰਸੀ ਛੱਡਣ ਨੂੰ ਹਮੇਸ਼ਾ ਲਈ ਤਿਆਰ ਹੈ, ਉਹਦੀ ਜਗ੍ਹਾ ਸਾਂਭ ਲਓ ਆ ਕੇ। ਇਹ ਉਹ ਪਰਮਾਤਮਾ ਜਾਣਦਾ ਕਿ ਇਹ NGO ਕਿੱਦਾਂ ਚੱਲ ਰਹੀ ਹੈ, ਜਾਂ ਅਨਮੋਲ ਜਾਣਦਾ, ਹੋਰ ਨਹੀਂ ਕੋਈ ਜਾਣਦਾ। ਇਸ NGO ਦੇ ਵਿੱਚ ਬਹੁਤ ਰੁਪਈਆ ਲਾਇਆ ਮੈਂ ਕੋਲੋਂ, ਬਹੁਤ ਟਾਈਮ ਲਾਇਆ ਕੋਲੋਂ, ਬਹੁਤੀ ਗੱਲ ਹੈ, ਮੈਨੂੰ ਆ ਕੇ ਮਿਲ ਲਈਓ, ਮੈਂ ਦੱਸ ਵੀ ਦਊਂਗਾ ਕਿੱਥੇ ਕਿੱਥੇ ਲਾਇਆ, ਔਰ ਜਿੱਥੋਂ ਕਮਾਇਆ ਉਹ ਵੀ ਦਿਖਾ ਦੂੰਗਾ ਆ ਕੇ। YouTube ਦੀ ਮੈਨੂੰ ਧਮਕੀ ਨਾ ਦਿਆ ਕਰੋ, YouTube ਤੋਂ ਡਬਲ ਕਮਾਈ ਮੇਰੇ ਕੋਲ ਲੈ ਲਿਓ, NGO ਸਾਂਭ ਲਓ ਆ ਕੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਤੋਂ ਵੱਡੇ ਹੋ ਯਾਰ ਤੁਸੀਂ, ਮੇਰੇ ਨਾਲ ਮੋਢਾ ਲਾ ਕੇ ਤੁਸੀਂ ਕੀ ਜੋੜਨਾ ਕਿ ਵੀਰੇ ਯਾਰ ਚੱਲ ਤੇਰੇ ਮਰੀਜ਼ ਨੂੰ ਲੋੜ, ਅਸੀਂ ਖੜੇ ਮੇਰੀਆਂ ਲੱਤਾਂ ਖਿੱਚਣ ਹੀ ਲੱਗੇ ਹੋਏ ਹੋ, ਕਿ ਅਨਮੋਲ ਨੇ ਆਹ ਨਹੀਂ ਕੀਤਾ, ਅਨਮੋਲ ਨੇ ਉਹ ਨਹੀਂ ਕੀਤਾ, ਅਨਮੋਲ ਨੇ ਜੋ ਕੀਤਾ ਉਹ ਕਿੰਨਾ ਕੁ ਲਾਈਵ ਹੋ ਕੇ ਤੁਸੀਂ ਦਿਖਾਇਆ। ਮੈਂ ਇੱਕ ਬੰਦੇ ਮੈਂ ਨਾ ਇੱਕ ਘਰ ਦੇ ਵਿੱਚ 4 ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਬੜਾ ਔਖਾ ਹੁੰਦਾ, ਮੈਂ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ, ਇੱਕ ਨੂੰ ਮੇਰੀ NGO 'ਚ 20 ਮੈਂਬਰ ਹੈ ਨਾ, ਜੇ 20 ਮੈਂਬਰ ਉਹ 20 ਦੇ ਵਿੱਚੋਂ 2 ਬੰਦੇ ਐਸੇ ਨੇ ਜਿਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਹੈ, ਪਰ ਮੈਨੂੰ ਉਹ ਦੋਨੋਂ ਚਾਹੀਦੇ ਆ, ਉਹ ਦੋਨੋਂ ਆਪਸ 'ਚ ਲੜ ਰਹੇ, ਮੈਂ ਕਿੱਥੇ ਜਾਵਾਂ? ਮੈਨੂੰ ਤਾਂ ਦੋਨੋਂ ਬੰਦੇ ਚਾਹੀਦੇ ਆ ਨਾ, ਉਹ ਦੋਨਾਂ ਦੀ ਸਲਾਹ ਕਰਾਉਣ ਦੇ ਚੱਕਰ 'ਚ ਦੋਨੋਂ ਮੇਰੇ ਦੁਸ਼ਮਣ ਬਣ ਜਾਂਦੇ। ਮੈਨੂੰ ਤਾਂ ਇਹ ਧਮਕੀਆਂ ਦਿੰਦੇ ਆ, ਤੈਨੂੰ ਚੁਕਾ ਦਾਂਗੇ, ਤੈਨੂੰ ਮਰਾ ਦਾਂਗੇ, ਜਿਵੇਂ ਸਾਲਿਓ ਮੈਂ ਤੁਹਾਡੇ ਮੈਂ ਕੋਈ ਬਲਤਕਾਰੀ ਆ, ਜਾਂ ਮੈਂ ਤੁਹਾਡਾ ਦੇਸ਼ ਲੁੱਟ ਕੇ ਖਾ ਜਾਣਾ, ਮੈਨੂੰ ਮਰਵਾ ਦੇਣਾ ਤੁਸੀਂ, ਮੈਂ ਜੀ ਚੱਕ ਦਾਂਗੇ ਜੀ, ਮਾਰ ਦਾਂਗੇ ਜੀ, ਗਾਲ ਕੱਢ ਦਾਂਗੇ ਜੀ, ਅਨਮੋਲ ਨੂੰ ਘਰੋਂ ਚੁਕਾ ਲਾਂਗੇ ਜੀ, ਅਨਮੋਲ ਏਦਾਂ, ਅਨਮੋਲ ਨੇ ਪੋਲਿਟਿਕਸ ਜਾਣਾ ਜੀ, ਅਨਮੋਲ ਨੇ ਫਿਲਮਾਂ ਜਾਣਾ, ਉਹਦੀ ਜਗ੍ਹਾ ਤਾਂ ਲੈ ਲਓ ਵੀਰੇ ਇੱਕ ਦਿਨ ਆ ਕੇ, ਫਿਰ ਮੈਂ ਵੀ ਦੇਖ ਲਾਂਗਾ। ਅੱਜ ਮੈਂ ਅਨਮੋਲ ਵਾਲ ਕੇ ਗੱਲ ਨਹੀਂ ਕਰ ਰਿਹਾ, ਜੇ ਅਨਮੋਲ ਦੀ ਅਨਮੋਲ ਪਰੇਸ਼ਾਨ ਬਹੁਤ ਆ, ਜੇ ਤਾਂ ਅਨਮੋਲ ਨੂੰ ਦੇਖ ਕੇ ਗੱਲਾਂ ਆ ਰਹੀਆਂ ਕਿ ਤੂੰ ਜ਼ਿੰਦਗੀ 'ਚ ਖੱਟਿਆ ਕੀ ਹੈ, 4 ਸਾਲ ਹੋ ਗਏ ਤੈਨੂੰ ਧੱਕੇ ਖਾਂਦੇ ਅਨਮੋਲ, 4 ਸਾਲ ਤੈਨੂੰ ਹੋ ਗਏ ਧੱਕੇ ਖਾਂਦੇ, ਤੂੰ ਪੈਸਾ ਵੀ ਗਵਾਇਆ, ਸਾਰਿਆਂ ਕੋਲੋਂ ਗਾਲਾਂ ਵੀ ਖਾਧੀਆਂ, ਮਿਲਿਆ ਕੀ ਤੈਨੂੰ ਦੁਆਵਾਂ, ਮਿਲਿਆ ਕੀ ਤੈਨੂੰ ਪਿਆਰ, ਤੁਸੀਂ ਲੈ ਲਓ ਆ ਕੇ। ਅੱਜ ਲੋਕ ਮੇਰੇ ਕੰਮ ਨੂੰ ਪਿਆਰ ਕਰ
ਪਰ ਖੜੋ ਮੈਂ ਬੜਾ ਕੰਟਰੋਲ ਕਰ ਰਿਹਾ ਸੀ ਕਿ ਵੀਰੇ ਮੈਂ ਨਾ ਬੋਲਾਂ ਪਰ ਮੈਨੂੰ ਕੁਛ ਵੀਰਿਆਂ ਨੇ ਮਜਬੂਰ ਕਰਤਾ ਮੈਨੂੰ ਬੋਲਣ ਤੋਂ ਵੀਰੇ ਬੋਲਣ ਨੂੰ ਤਾਂ ਇੰਨਾ ਕੁਛ ਹੈ ਕਿ ਜੇ ਮੈਂ 24 ਘੰਟੇ ਵੀ ਤੁਹਾਡੇ ਮੂਹਰੇ ਲਾਈਵ ਰਹਾਂ ਨਾ ਤੁਹਾਡੇ ਕੋਲ 100 ਸਵਾਲ ਹੈ ਨਾ ਕਮੈਂਟਾਂ ਦੇ ਵਿੱਚ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਪੁੱਛਦੇ ਹੋ ਕਿ ਅਨਮੋਲ ਲਿੱਦਾਂ ਅਨਮੋਲ ਲੰਡੂ ਅਨਮੋਲ ਫੁੱਦੂ ਕਦੀ ਆਪਣੇ ਸ਼ੀਸ਼ੇ ਮੂਹਰੇ ਖੜੀ ਹੋ ਤੁਸੀਂ ਕੀ ਹੋ ਮੈਨੂੰ ਕੋਈ ਆਪਣੀ ਨਹੀਂ ਕੋਈ ਟੈਨਸ਼ਨ ਕਿ ਮੈਨੂੰ ਤਾਂ ਇੰਨਾ ਵਿਚਾਰਿਆਂ ਦਾ ਦੁੱਖ ਹੈ ਕਿ ਇਹ ਕਿੱਥੇ ਜਾਣ ਗਏ ਬੜੇ ਵਿਦਵਾਨ ਫੇਸਬੁੱਕ ਤੇ ਲਾਈਵ ਹੁੰਦੇ ਨੇ ਜੀ ਅਨਮੋਲ ਆ ਨਹੀਂ ਕਰਦਾ ਇੱਕ ਏਦਾਂ ਕਰੋ ਤੁਸੀਂ ਲਾਈਵ ਵੀਡੀਓ ਪਾ ਦਿਓ ਕਿ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਬਾਅਦ ਅਨਮੋਲ ਜਿਹੜੀ ਸੇਵਾ ਪੇਸ਼ੈਂਟਾਂ ਦੀ ਨਹੀਂ ਕਰਦਾ ਜੀ ਅਸੀਂ ਕਰਾਂਗੇ ਉਹ ਤਾਂ ਮਾਈ ਦਾ ਲਾਲਾ ਜੀ ਨਹੀਂ ਜੰਮਿਆ ਕੋਈ ਮੇਰੇ ਜਿਹੜੇ ਕਰ ਰਹੇ ਕੰਮ ਤੁਸੀਂ ਉਹਨਾਂ ਨੂੰ ਗੇਰ ਰਹੇ ਹੋ ਮੇਰੇ ਟੀਮ ਮੈਂਬਰ ਆਪਸ ਚ ਭੜਕਾਈ ਜਾਂਦੇ ਉਹ ਬਸ਼ਰਮ ਉਹ ਸ਼ਰਮ ਕਰੋ ਇਸ ਵਾਰੀ ਜੇ ਵੀਡੀਓ ਨੋਟ ਬਹਿ ਗਈ ਨਾ ਮੈਂ ਕਾਗਜ਼ ਤੇ ਲਿਖ ਕੇ ਦਿੰਨਾ ਇਹਨੂੰ ਕੋਈ ਉਠਾ ਨਹੀਂ ਪਾਊਗਾ ਇਸ NGO ਦੇ ਵਿੱਚ ਨਾ ਪਸੀਨਾ ਜਵਾਨੀ ਟਾਈਮ ਪੈਸਾ ਬਹੁਤ ਕੁਛ ਲਾਇਆ ਕਮਾਇਆ ਕੁਛ ਨਹੀਂ ਇਸ ਕਰਕੇ ਮੈਨੂੰ ਗਵਾਉਣ ਦਾ ਕੁਛ ਵੀ ਡਰ ਨਹੀਂ ਵੱਧ ਤੋਂ ਵੱਧ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਕੱਲ ਨੂੰ ਸ਼ਾਇਦ ਮੇਰੇ ਖਿਲਾਫ ਇੱਕ ਇਹ ਵੀ ਵੀਡੀਓ ਆ ਜਾਵੇ ਕਿ ਅਨਮੋਲ ਨੇ ਜੀ ਮੇਰੇ ਕੋਲ 50,000 ਰੁਪਏ ਫੜਿਆ ਇੰਨੀ ਕੁੱਤੀ ਦੁਨੀਆ ਨਾ ਇੰਨੀ ਗੰਦੀ ਦੁਨੀਆ ਨਾ ਕਿੱਦਾਂ ਕਿੱਦਾਂ ਦੇ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਯਾਰ ਮੈਨੂੰ ਇਲਜ਼ਾਮਾਂ ਦੀ ਕੋਈ ਪਰਵਾਹ ਨਹੀਂ ਆਪਣੇ ਪਿਓ ਦੇ ਸਿਰ ਤੇ ਖਾਨਾ ਕਿਸੇ ਕੋਲ ਲੈ ਕੇ ਖਾਂਦਾ ਨਹੀਂ ਆਪਣੇ ਪਾਪੇ ਦੇ ਪਾਏ ਹੋਏ ਕੱਪੜੇ ਪਾਏ ਹੋਏ ਆ ਖਾਨਾ ਆਪਣੇ ਮਾਪਿਆਂ ਦਾ ਦਿੱਤਾ ਉਹ ਵਾਹਿਗੁਰੂ ਦੀ ਪੂਰੀ ਲੋਟ ਹੈ ਮਾਤਾ ਜੀ ਦਾ ਪੂਰਾ ਆਸ਼ੀਰਵਾਦ ਹੈ ਸ਼੍ਰੀ ਰਾਮ ਦਾ ਪੂਰਾ ਆਸ਼ੀਰਵਾਦ ਹੈ ਬਸ ਕਈ ਲੋਕਾਂ ਨੂੰ ਤਾਂ ਦੁਨੀਆ ਦੇ ਵਿੱਚ ਨਾ ਸਿਰਫ ਰਾਸ਼ਨ ਫੂਕਣ ਵਾਸਤੇ ਰੱਬ ਨੇ ਭੇਜਤਾ ਥੱਲੇ ਜਾ ਵੀਰੇ ਰਿਸੋਰਸਿਸ ਖਰਾਬ ਕਰ ਖਾ ਇਹੀ ਜੇ ਤੁਸੀਂ ਨਾ ਖਾਂਦੇ ਤਾਂ ਆਹ ਵਿਚਾਰਾ ਖਾ ਲੈਂਦਾ ਮੈਂ ਬੋਲਣਾ ਨਹੀਂ ਸੀ ਪਰ ਮੈਂ ਅੱਜ ਪੜਾਸ ਕੱਢਣੀ ਹੈ ਯਾਰ ਦੇਖੋ ਮੈਂ ਕੋਈ ਕਲਪਿਆ ਨਹੀਂ ਹੋਇਆ ਮੈਂ ਕੋਈ ਕਿਸੇ ਨਾ ਕੋਈ ਗਿਲਾ ਚੁਕਵਾਉਣੀ ਕਿ ਮੈਂ ਸੇਵਾ ਬੰਦ ਕਰ ਰਿਹਾ ਮੈਂ ਕਿਉਂ ਨਾ ਬੰਦ ਕਰਨ ਵਾਲਾ ਬਸ ਮੇਰੇ ਦਿਲ ਦੀ ਪੜਾਸ ਸੀ ਮੈਂ ਕੱਢਣੀ ਸੀ ਇੱਕ ਵਾਰ ਤੇ ਮੈਂ ਕੱਢ ਲਈ ਬੋਲਣ ਵਾਲਿਓ ਕੁਛ ਸੋਚਿਆ ਕਰੋ ਤੁਸੀਂ ਚੀਜ਼ ਕੀ ਹੋ ਤੁਸੀਂ ਕਹਿੰਦੇ ਹੋ 5-5, 7-7 ਹਜ਼ਾਰ ਦੀ ਅਨਮੋਲ ਹੈਲਪ ਕਰਦਾ ਮੇਰੇ ਕੋਲ ਰੋਜ਼ ਦਾ ਇੱਥੇ 20 ਮਰੀਜ਼ ਹੈ 20 ਮਰੀਜ਼ਾਂ ਨੂੰ 5-5 ਹਜ਼ਾਰ ਦਿੱਤਾ 1,00,000 ਰੁਪਈਆ ਹੋ ਗਿਆ ਬਿਨਾਂ ਰੁਪਈਆ ਨੂੰ ਹੱਥ ਲਾਏ ਨੋਟਾਂ ਨੂੰ ਹੱਥ ਲਾਏ 1,00,000 ਰੁਪਏ ਇਕੱਠਾ ਕਰਨਾ ਆ ਜਾਓ ਫਿਰ ਕਮੈਂਟ ਕਰਦੇ ਆ ਜੀ ਅਸੀਂ ਤਾਂ ਜੀ ਖੂਨ ਪਸੀਨੇ ਨਾਲ ਕਮਾਈ ਕਰਦੇ ਹਾਂ ਮੈਂ ਵੀ ਖੂਨ ਪਸੀਨੇ ਨਾਲ ਕਮਾਈ ਕਰਨਾ ਚਾਹੁੰਦਾ ਮੈਂ ਵੀ ਚਾਹੁੰਦਾ ਕਿ ਮੈਂ ਆਪਣਾ ਕਮਾਵਾਂ ਜਿਹੜਾ ਉੱਠਦਾ ਜਿਹਨੂੰ ਉਹਦੇ ਘਰਦੇ ਨਹੀਂ ਪੁੱਛਦੇ ਜਿਹਨੂੰ ਬੱਚੇ ਨਹੀਂ ਉਹਦੇ ਮੂੰਹ ਲਾਉਂਦੇ ਜਿਹਨੂੰ ਗਵਾਂਢੀ ਨਹੀਂ ਪੁੱਛਦੇ ਉਹ ਅਨਮੋਲ ਖਵਾਤਰਾ ਬਾਰੇ ਲਾਈ ਹੋਇਆ ਉਹ ਯਾਰ ਸ਼ਰਮ ਕਰ ਯਾਰ ਅਨਮੋਲ ਖਵਾਤਰਾ ਚੀਜ਼ ਕੀ ਉਹਦੇ ਬਾਰੇ ਸਟੱਡੀ ਤਾਂ ਕਰ ਲੈ ਪਹਿਲਾਂ ਉਹ ਕੀ ਕਮਾ ਲਿਆ ਉਹਨੇ ਤੁਹਾਡਾ ਕੀ ਖਾ ਲਿਆ ਉਹਨੇ ਤੁਹਾਡਾ ਆ ਯੂਟਿਊਬ ਦੀਆਂ ਟੀਚਰਾਂ ਨਾ ਮੈਨੂੰ ਕਰਿਆ ਕਰੋ ਲੈ ਲਓ ਆ ਕੇ ਯੂਟਿਊਬ ਸਾਂਭ ਲਓ ਤੁਸੀਂ ਆ ਫੇਸਬੁੱਕ ਲੈ ਲਓ ਸਾਰਾ ਕੁਝ ਆ ਫੇਸਬੁੱਕ ਯੂਟਿਊਬ ਪੇਸ਼ੈਂਟ ਪੂਸ਼ੈਂਟ ਸਭ ਤੁਹਾਡੇ ਆਈਡੀਆ ਤੁਹਾਡਾ ਕਰ ਲਓ NGO ਚ ਕੰਮ ਆ ਕੇ ਕਰ ਸਕਦੇ ਹੋ ਇਹਨੂੰ ਚੈਲੰਜ ਸਮਝ ਲਓ ਇਹਨੂੰ ਜੋ ਸਮਝਣਾ ਤੁਸੀਂ ਸਮਝ ਲਓ ਮੈਨੂੰ ਖਜਾਇਆ ਨਾ ਕਰੋ ਮੈਂ ਆਪਣੇ ਟੀਮ ਮੈਂਬਰਾਂ ਨੂੰ ਬਹੁਤ ਪਿਆਰ ਕਰਦਾ ਮੈਂ ਜਦੋਂ ਮੇਰੀ ਟੀਮ ਬਾਰੇ ਕੋਈ ਆਪਸ ਚਿੱਟ ਕੁੱਤੇ ਦਾ ਵੈਰ ਪਾਉਂਦਾ ਨਾ ਮੈਨੂੰ ਗੁੱਸਾ ਬਹੁਤ ਚੜਦਾ ਆਪਸ 'ਚ ਹੀ ਲੜਵਾਈ ਜਾਂਦੇ ਇੱਕ ਦੂਜੇ ਨੂੰ ਇੱਕ ਰਿਕਾਰਡਿੰਗ ਕਿੰਨੀ ਗਿਰੀ ਹੋਈ ਹਰਕਤ ਹੈ ਯਾਰ ਕਿ ਇੱਕ ਬੰਦੇ ਨਾਲ ਮੈਂ ਭਰਾ ਨਾਤੇ ਕੋਈ ਗੱਲ ਕੀਤੀ ਇਹਨੂੰ ਮੈਂ ਭਰਾ ਸਮਝਿਆ ਨਾ ਮੈਂ ਕੋਈ ਦਿਲ ਦੀ ਗੱਲ ਕੀਤੀ ਇਹ ਰਿਕਾਰਡਿੰਗ ਕਰਕੇ ਅੱਗੇ ਮੇਰੇ ਟੀਮ ਮੈਂਬਰਾਂ ਨੂੰ ਭੇਜ ਰਿਹਾ ਕਿ ਦੇਖੋ ਅਨਮੋਲ ਕੀ ਬੋਲ ਰਿਹਾ ਅਨਮੋਲ ਦੀ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਨਾ ਮੈਂ ਉਹਦੇ ਘਰ ਭੈਣ ਵਿਆਹਣੀ ਆ ਨਾ ਉਹਨੇ ਵਿਆਹਣੀ ਆ ਇਹ ਤਾਂ ਸਿਰਫ ਇੱਕ NGO ਦਾ ਰਿਸ਼ਤਾ ਹੈ ਕੋਈ ਇਹ ਨਹੀਂ ਹੈਗਾ ਕਿ ਮੈਂ ਬਾਈ ਨਾਲ ਬਣਾ ਕੇ ਹੀ ਰੱਖਣੀ ਹੈ ਉਹ ਬਾਈ ਸੇਵਾ ਕਰਨ ਆਇਆ ਜਿਹਦਾ ਇਹਨੂੰ ਪੁੰਨ ਮਿਲੂਗਾ ਇਹਨੂੰ ਪੈਸੇ ਦਊਗਾ ਬਸ ਇਸ ਤੋਂ ਇਲਾਵਾ ਮੇਰਾ ਤੇ ਤੁਹਾਡਾ ਕੋਈ ਰਿਸ਼ਤਾ ਨਹੀਂ ਯਾਰ ਹਰ ਮੁੰਡਾ ਚਾਹੁੰਦਾ ਹੈ ਬਾਈ ਤੂੰ ਚਾਹੁੰਦਾ ਕਿ ਤੂੰ ਆਪਣੇ ਪੈਰਾਂ ਤੇ ਖੜਾ ਹੋਵੇਂ ਆਪਣੇ ਮਾਪਿਆਂ ਨੂੰ ਕਮਾ ਕੇ ਦੇਵੇਂ ਮੈਂ ਕਿਹੜੀ ਖੇਤ ਦੀ ਮੂਲੀਆਂ ਭਰਾਵਾ ਮੈਂ ਹੀ ਹਾਂ ਉਹ ਜਾੜਨ ਵਾਲਾ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਵੀ ਦਵਾਂ ਤੁਹਾਨੂੰ ਤਾਂ ਯੂਟਿਊਬ ਦੀ ਨਹੀਂ ਕਮਾਈ ਬਰਦਾਸ਼ਤ ਹੋਈ ਅੱਜ ਤਾਂ ਮੈਂ ਉਹ ਤੋਂ ਕੁਛ ਕਮਾਉਣਾ ਲੋਕ ਕਹਿੰਦੇ 50 ਲੱਖ ਰੁਪਏ ਇਕੱਠਾ ਕਰ ਲਿਆ ਯੂਟਿਊਬ ਤੋਂ ਆ ਜਾਓ ਤੁਸੀਂ ਲੈ ਲਓ ਮੇਰੇ ਕੋਲ 50 ਲੱਖ ਰੁਪਏ ਜਿਹੜਾ ਮੈਂ ਇਕੱਠਾ ਕਰ ਲਿਆ ਫਿਰ ਤਾਂ ਕੰਮ ਹੀ ਬੜਾ ਵਧੀਆ 50 ਲੱਖ ਰੁਪਏ ਮੇਰੇ ਕੋਲ ਆ ਗਿਆ ਆ ਜਾਓ ਫਟਾਫਟ ਆ ਜਾਓ ਵੰਡੀਏ ਫਿਰ ਆਪਸ ਚ ਆਪਾਂ ਮੇਰੀ ਟੀਮ ਨੂੰ ਮੇਰੇ ਖਿਲਾਫ ਭੜਕਾਈ ਜਾਂਦੇ ਉੱਤੋਂ ਕੀ ਯਾਰ ਬੜੀ ਸੋਰੀ ਯਾਰ ਮੈਂ ਥੋੜਾ ਚੀਜ਼ ਜ਼ਰੂਰੀ ਹੁੰਦੀ ਨਾ ਅੰਦਰੋਂ ਕੱਢਣਾ ਜ਼ਰੂਰੀ ਹੁੰਦਾ ਕਿਉਂਕਿ ਮੈਨੂੰ ਇੱਥੇ ਖੜੇ ਅਥਰੂ ਨਜ਼ਰ ਆਉਂਦੇ ਪੇਸ਼ੈਂਟਾਂ ਦੇ ਇੰਨਾ ਬਸ਼ਰਮਾ ਨੂੰ ਸ਼ਰਮ ਨਹੀਂ ਆਉਂਦੀ ਨਾ 365 ਦਿਨ ਲਾਈਵ ਹੋ ਕੇ ਤਾਂ ਆਈਆਂ ਹਸਪਤਾਲਾਂ ਜਾ ਕੇ ਫਿਰ ਤੁਹਾਨੂੰ ਮੰਨਾਂਗਾ ਮਰ ਜਾਓ ਮਹੀਨੇ ਦੇ ਵਿੱਚ ਸਾਲ ਦੇ ਵਿੱਚ ਇੱਕ ਦਿਨ ਜਾ ਕੇ ਲਾਈਵ ਹੋਣਾ ਕੋਈ ਬਹੁਤ ਵੱਡੇ ਬਲਵਾਨ ਨਹੀਂ ਹੈਗੇ ਤੁਸੀਂ ਪਿਛਲੇ 3 ਸਾਲਾਂ ਦੀ ਮੇਰੀ ਵੀਡੀਓ ਚੈੱਕ ਕਰ ਲਿਓ ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਮੈਂ ਹਸਪਤਾਲ ਨਾ ਆਇਆ ਹਾਂ ਮੇਰਾ ਟੀਮ ਮੈਂਬਰ ਅੱਜ ਤੜਪ ਰਿਹਾ ਹਸਪਤਾਲਾਂ 'ਚ 15-15 ਸਾਲ ਦੇ ਜਿਹੜੇ ਮੁੰਡੇ ਨਸ਼ਿਆਂ ਪਿੱਛੇ ਬਦਨਾਮ ਹੈ ਨਾ ਹਸਪਤਾਲਾਂ 'ਚ ਬਿਠਾ ਤੇ ਸ਼ਰਮ ਨੂੰ ਹੱਥ ਮਾਰਿਆ ਕਰੋ ਆਪਣਾ ਅਨਮੋਲ ਜੀ 5-5 ਹਜ਼ਾਰ ਦੀ ਹੈਲਪ ਕਰਦਾ ਅਨਮੋਲ ਨੇ ਜੀ ਇਹਦੀ ਨਹੀਂ ਕੀਤੀ ਉਹ ਫਿਰ ਗੱਲ ਤਾਂ ਉਹੀ ਹੈ ਕਿ ਜਿਹਦੀ ਨਹੀਂ ਅਨਮੋਲ ਨੇ ਜੇ ਅੱਜ ਤੱਕ 3 ਲੱਖ ਲੋਕਾਂ ਦੀ ਮਦਦ ਕਰਾਈ ਹੈ ਨਾ ਤਾਂ ਹੋ ਸਕਦਾ 30 ਲੱਖ ਲੋਕਾਂ ਦੀ ਨਾ ਵੀ ਕਰਾਈ ਹੋਵੇ ਉਹ ਯਾਰ 125 ਕਰੋੜ ਦੀ ਆਬਾਦੀ 125 ਕਰੋੜ ਦੀ 25 ਕਰੋੜ ਦੀ ਮੈਂ ਕਰਾਊਂਗਾ ਸਾਰੀ ਰੱਬ ਬਣਾਤਾ ਮੈਨੂੰ ਨਹੀਂ ਤਾਂ ਰੱਬ ਤੋਂ ਵੀ ਉਤਲਾ ਦਰਜਾ ਦੇਤਾ ਕੱਲ ਨੂੰ ਮੈਂ ਵੀ ਰੱਬ ਘਰ ਜਾਊਂਗਾ ਰੱਬ ਜੀ ਮੈਨੂੰ ਆਹ ਦੇ ਦਿਓ ਰੱਬ ਨੇ 2 ਦਿਨ ਲੇਟ ਕਰਤੀ ਜਾਂ ਨਹੀਂ ਦਿੱਤੀ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਰੱਬ ਕੋਲ ਮੰਗਣ ਗਿਆ ਸੀ ਮੈਨੂੰ ਦਿੱਤਾ ਨਹੀਂ ਇਹਨੇ ਮੈਨੂੰ ਕੌਣ ਪੈਸੇ ਫੜਾ ਕੇ ਗਿਆ ਜਿਹੜਾ ਮੈਨੂੰ ਧਮਕੀ ਦਿੰਦੇ ਹੋ ਕਿ ਜੀ ਇਹਦਾ ਇਹਦਾ ਤਾਂ ਮੈਨੂੰ ਕਹਿੰਦੇ ਇਹਦਾ ਟਾਈਮ ਨੇੜੇ ਹੀ ਆ ਉਹ ਕੱਲ੍ਹ ਦਾ ਛੱਡੋ ਅੱਜ ਮੇਰਾ ਭਾਂਡਾ ਫੜੋ ਮੈਂ ਤਾਂ
ਉੱਥੇ ਭਾਂਡੇ ਭੁੰਡੇ ਧੋ ਕੇ ਆਪਣੀ ਰੋਟੀ ਪਾਣੀ ਕਮਾਵਾਂ ਤੇ ਜਾਂ ਮੈਂ ਕੀ ਲੈਣਾ ਯਾਰ, ਵਿਹਲਾ ਆਪਣੀ ਜ਼ਿੰਦਗੀ ਲਾ ਕੇ ਸਭ ਕੁਛ ਲਾ ਕੇ ਫਿਰ ਬਦਨਾਮੀ, ਫਿਰ ਬਦਨਾਮੀ, ਹੱਦ ਹੋ ਗਈ ਯਾਰ ਵੈਸੇ ਯਾਰ। ਬਹੁਤ ਵਧੀਆ ਮੇਰੇ ਵੀਰ ਜਿਹੜੇ ਬਾਹਰ ਗਏ ਹੋਏ ਨਾ ਬਾਈ, ਸਿਰਾਂ ਹੋ ਤੁਸੀਂ ਯਾਰ, ਜਿਉਂਦੇ ਵੱਸਦੇ ਰਹੋ। ਆ ਮੇਰਾ ਭਰਾ ਆਇਆ ਦਿੱਲੀ ਤੋਂ, ਬਾਈ ਨੇ ਕੁਛ ਬੋਲਣਾ, ਮੈਨੂੰ ਤਾਂ ਬਹੁਤ ਰੋਕ ਰਿਹਾ ਵੀਰੇ ਨਾ ਕਲਪ, ਪਰ ਮੇਰੇ ਜਿਹੜੇ ਦਿਲ ਚ ਗੱਲ ਹੁੰਦੀ ਮੈਂ ਸੋਰੀ ਰਹਿ ਨੀ ਸਕਦਾ। ਤੁਸੀਂ ਮੇਰੀ ਫੈਮਿਲੀ ਹੋ, ਕੋਈ ਦਿਲ ਤੇ ਨਾ ਲਾਈਓ ਗੱਲ ਯਾਰ, ਮੇਰੇ ਘਰ ਦੇ ਸਪੈਸ਼ਲ ਦਿਲ ਤੇ ਲਾ ਦਿੰਦੇ ਤੇ ਮੇਰੇ ਪਿਆਰ ਕਰਨ ਵਾਲੇ ਪਲੀਜ਼ ਦਿਲ ਤੇ ਨਾ ਲਾਣ। ਤੇ ਵੀਰਾ ਕੁਛ ਕਹਿਣਾ ਚਾਹੁੰਦਾ ਤਾਂ ਫਿਰ ਮੂਡ ਹੈ ਰਿਕਾਰਡਿੰਗ। ਮੈਂ ਦਿੱਲੀ ਸੇ ਆਇਆ ਹੂੰ ਖਾਸ ਮੇਰੇ ਭਾਈ ਕੇ ਲਈ ਆਇਆ ਹੂੰ, ਮਤਲਬ ਸੁਬਹ 6 ਵਜੇ ਆ ਗਿਆ ਥਾ ਮੈਂ ਯਹਾਂ ਪੇ, ਔਰ ਉਸਕੇ ਬਾਅਦ ਮੈਂ ਗੁਰਦੁਆਰੇ ਮੇਂ ਰੁਕਾ, ਮੁਝੇ ਪਤਾ ਚਲਾ DMC ਮੇਂ ਕਿ ਭਾਈ ਨੇ ਵਹਾਂ ਸੇ ਛੋੜ ਦਿਆ ਹੈ, ਤੋ ਪਤਾ ਚਲਾ ਕਿ ਯੇ ਜੋ ਹਾਸਪਿਟਲ ਹੈ ਦੀਪ ਹਾਸਪਿਟਲ। ਫਿਰ ਮੈਂ ਯਹਾਂ ਪੇ ਵੇਟ ਕੀਆ, ਭਾਈ ਕਾ ਬਹੁਤ ਦੇਰ ਸੇ ਇੰਤਜ਼ਾਰ ਹੋ ਰਹਾ ਥਾ, ਔਰ ਹਰ ਕੋਈ ਇੰਤਜ਼ਾਰ ਕਰ ਰਹਾ ਥਾ, ਭਾਈ ਤੁਰੰਤ ਆਏ ਔਰ ਭਾਈ ਨੇ ਜੋ ਕੰਮ ਕਿਸੀ ਦੋਸਤ ਸੇ ਕੋਈ ਹੈ ਹੈਲੋ ਕੁਛ ਨਹੀਂ, ਆਤੇ ਹੀ ਪਹਿਲੇ ਪੇਸ਼ੈਂਟ ਜੋ ਥੇ ਉਨਕੋ ਲਗਾਤਾਰ ਮੈਂ ਵੀ ਪਿੱਛੇ ਵੇਟ ਕਰ ਰਹਾ ਥਾ, ਮੈਨੇ ਬਤਾਇਆ ਵੀ ਨਹੀਂ ਕਿਉਂਕਿ ਮੁਝੇ ਵੀ ਪਤਾ ਥਾ ਲੋਕ ਜ਼ਰੂਰੀ ਹੈ, ਮਰੀਜ਼ ਜ਼ਰੂਰੀ ਹੈ, ਸਬਸੇ ਪਹਿਲੇ ਉਨਕੋ ਸਮੇ ਦੇ। ਔਰ ਭਾਈ ਜੋ ਬਾਰ ਬਾਰ ਇੱਕ ਬਾਤ ਜੋ ਮੁਝੇ ਪਤਾ ਨਹੀਂ ਅਜੀਬ ਲੱਗ ਰਹੀ ਹੈ, ਜੋ ਵੀ ਮੈਂ ਪਹਿਲੀ ਵਾਰ ਆਇਆ ਹੂੰ ਫੇਸਬੁੱਕ ਲਾਈਵ ਕੋਈ ਭਾਈ ਕੇ ਵਜ੍ਹਾ ਸੇ, ਕਿਉਂਕਿ ਯਾਰ ਇਹ ਬੰਦਾ ਅਲੱਗ ਹੈ, ਕੋਈ ਨਹੀਂ ਸਮਝ ਸਕਤਾ ਇਸ ਬੰਦੇ ਕੋ, ਸੱਚ ਬਤਾ ਰਹਾ ਹੂੰ। ਆਪ ਜੋ ਵੀ ਦੇਖ ਰਹੇ ਹੋ ਆਪ ਲੋਕ ਨਹੀਂ ਸਮਝ ਸਕਤੇ, ਕਿਤਨੀ ਵੀ ਕੋਸ਼ਿਸ਼ ਕਰ ਲੋ ਭਾਈ ਕੋ ਨਹੀਂ ਸਮਝ ਸਕਤੇ, ਭਾਈ ਦਿਲੋਂ ਮੇਂ ਰਹਿਤਾ ਹੈ, ਦਿਮਾਗ ਮੇਂ ਭਰਨੇ ਕੀ ਕੋਸ਼ਿਸ਼ ਕਰੋ ਨਾ ਜ਼ਹਿਰ ਲੋਗੋ ਕੇ, ਨਹੀਂ ਕਿ ਜਿਤਨਾ ਮਰਜ਼ੀ ਦਿਮਾਗੋ ਮੇਂ ਭਰ ਲੋ ਜ਼ਹਿਰ, ਕਿਉਂਕਿ ਦਿਲ ਕਭੀ ਨਹੀਂ ਨਿਕਾਲ ਪਾਓਗੇ ਮੇਰੇ ਦੋਸਤੋ ਕਿਸੀ, ਹਰ ਵਿਅਕਤੀ ਜੋ ਪਿੱਛੇ ਖੜਾ ਹੈ, ਪਿੱਛੇ ਕਿਆ ਜਹਾਂ ਜਹਾਂ ਜਿਸ ਜਿਸ ਕੀ ਹੈਲਪ ਕੀ ਹੈ, ਮੈਂ ਤਾਂ ਬਹੁਤ ਦੂਰ ਸੇ ਆਇਆ, ਬਹੁਤ ਹੀ ਦੂਰ ਸੇ, ਔਰ ਮੈਨੇ ਲਾਈਵ ਦੇਖਾ ਹੈ ਕਿ ਕਿਆ ਕਰਦਾ ਹੈ। ਅੱਛਾ ਮੈਂ ਨਹੀਂ ਵੀ ਦੇਖਾ ਹੋਤਾ ਯਾਰ, ਮੈਂ ਇਤਨਾ ਜਾਣਤਾ ਹੂੰ ਕਿ ਲੋਕ ਮੰਦਿਰੋਂ ਮੇਂ ਮਸਜਿਦੋਂ ਮੇਂ ਗੁਰਦੁਆਰੋਂ ਮੇਂ ਪਤਾ ਨਹੀਂ ਜ਼ਬਰਦਸਤੀ ਪੈਸਾ ਦੇ ਰਹੇ ਹੋ, ਕਿਨ ਕੋ ਦੇ ਰਹੇ ਕੋਈ ਨਹੀਂ ਪਤਾ, ਲੇਕਿਨ ਯਹਾਂ ਡੋਨਰ ਸਾਫ ਆਪਣੀ ਆਂਖੋਂ ਸੇ ਦੇਖ ਰਹਾ ਹੈ, ਇੱਕ ਮਰੇ ਹੋਏ ਬੰਦੇ ਕੋ ਜਿੰਦਾ ਕਰ ਦਿੱਤਾ, ਉਸਕੀ ਜੋ ਦੁਆ ਹੈ ਨਾ ਪਤਾ ਨਹੀਂ ਕਹਾਂ ਸੇ ਕਹਾਂ ਤੱਕ ਲੈ ਜਾਏਗੀ। ਔਰ ਭਾਈ ਨੇ ਇੱਕ ਜ਼ਰੀਆ ਬਣ ਕੇ ਬਸ ਉਸ ਵਿਅਕਤੀ ਕੋ ਜੋ ਵਿਅਕਤੀ ਭਟਕ ਗਿਆ ਥਾ ਉਸਕੋ ਰਾਸਤਾ ਦਿਖਾਇਆ ਮਾਤਰ। ਔਰ ਭਾਈ ਬਾਰ ਬਾਰ ਇੱਕ ਯੂਟਿਊਬ ਕੀ ਬਾਤ ਕਰਦੇ, ਮੇਰੇ ਜੋ ਵੀ ਦੋਸਤ ਭਾਈ ਕੋ ਬੋਲਤੇ ਹੈ ਯੂਟਿਊਬ ਕੇ ਬਾਰੇ ਮੇਂ, ਆਪਕੋ ਇੱਕ ਬਾਤ ਬਤਾਤਾ ਹੂੰ, ਯੂਟਿਊਬ ਪੇ ਬਹੁਤ ਸਾਰੇ ਲੋਕ ਹੈ ਜੋ ਪ੍ਰੋਪਰ ਕਾਮ ਕਰ ਰਹੇ ਹੈ, ਇੱਕ ਚੌਮਿਨ ਖਿਲਾ ਦੇਂਗੇ ਇੱਕ ਬੱਚੀ ਕੋ, ਇੱਕ ਪੈਨਸਿਲ ਦਿਲਾ ਦੇਂਗੇ ਬੱਚੀ ਕੋ, ਉਸਸੇ ਲਾਖੋਂ ਵਿਊ ਕੇ ਬਾਅਦ ਮੋਨੋਟਾਈਜ ਚੈਨਲ ਹੋ ਰੱਖਾ ਹੈ, ਔਰ ਪੈਸਾ ਆਤਾ ਹੈ ਅਥਤ, ਭਾਈ ਕਲੀਅਰ ਮਦਦ ਕਰ ਰਹੇ ਸਭਕੇ ਆਂਖੋਂ ਕੇ ਸਾਹਮਣੇ, ਉਹ ਵੀ ਇੱਕ ਵਿਅਕਤੀ ਜੋ ਮਤਲਬ ਸਾਂਸ ਨਹੀਂ ਲੈ ਪਾ ਰਿਹਾ, ਸਾਂਸ ਲੈਣੇ ਮੇਂ ਦਿੱਕਤ ਹੈ ਕਿਸੀ ਕੇ ਬਹੁਤ, ਮੈਂ ਆਪਕੋ ਬਿਮਾਰੀ ਨਹੀਂ ਗਿਣਾ ਸਕਤਾ, ਬਿਮਾਰੀ ਕਈ ਪ੍ਰਕਾਰ ਕੀ ਹੋਤੀ ਹੈ, ਬਿਮਾਰੀ ਕਾ ਕੋਈ ਵੀ ਪ੍ਰਕਾਰ ਨਹੀਂ ਹੋਤਾ, ਬਿਲਕੁਲ ਆਓ ਜੋ ਵੀ ਭਾਈ ਕੇ, ਮੈਂ ਨਹੀਂ ਮਾਨਤਾ ਦੁਸ਼ਮਣ ਹੈ ਕੋਈ, ਦੁਸ਼ਮਣ ਮੈਂ ਕਹਿ ਰਹਾ ਹੂੰ ਐਸੇ ਬੰਦੇ ਕੇ ਦੁਸ਼ਮਣ ਬਣ ਕੇ ਸਕਤਾ ਕੋਈ, ਭਾਈ ਹੱਦ ਹੀ ਹੋ ਗਈ ਕੋਈ, ਬਿਲਕੁਲ ਉਹੀ ਬਾਤ ਕਿ ਭਗਵਾਨ ਕੋ ਵੀ ਜਬ ਹਮ ਪਰੇਸ਼ਾਨ ਹੋਤੇ ਤੋ ਭਗਵਾਨ ਕੋ ਵੀ ਗਾਲੀ ਦੇ ਦੇਤੇ ਹੈ, ਵੈਸੇ ਹੀ ਭਾਈ ਹੈ ਬੇਸ਼ੱਕ ਸੇ ਅਭੀ, ਕਿਉਂਕਿ ਉਸਕੀ ਫੈਮਿਲੀ ਕੀ ਭਾਈ ਨੇ ਹੈਲਪ ਨਹੀਂ ਕੀ ਹੈ, ਇਹ ਪਿਕਚਰੋਂ ਵਾਲਾ ਸੀਨ ਹੈ, ਜਬ ਤੱਕ ਭਾਈ ਕੇ ਮਦਦ ਨਹੀਂ ਲੈ ਰਹੇ ਤਬ ਤੱਕ ਉਹ ਦੁਖੀ ਹੈ, ਔਰ ਜੈਸੇ ਭਾਈ ਕੀ ਮਦਦ ਲੈ ਲਈ ਵੈਸੇ ਭਾਈ ਉਨਕੀ ਨਜ਼ਰੋਂ ਮੇਂ ਸਟਾਰ ਹੋ ਜਾਏਗਾ, ਭਾਈ 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 ਪੈਰ ਵੀ ਛੂ ਲੇਂਗੇ ਭਾਈ ਕੇ ਆਗੇ, ਮਤਲਬ ਭਾਈ ਗਜਬ ਬੰਦਾ ਹੈ ਯਾਰ, ਇਸ ਬੰਦੇ ਕੋ ਯਾਰ ਯੂਟਿਊਬ ਕੀ ਬਾਤ ਕਰ ਰਹੇ ਹੋ, ਸਹੀ ਬਤਾ ਰਹਾ ਹੂੰ, ਇੱਕ ਮੈਨੂੰ ਇੱਕ ਮੇਰੇ ਕੋ ਭਾਈ ਕਾ ਮੈਸੇਜ ਆਇਆ, ਕਹਿੰਦਾ ਭਾਈ ਮੇਰਾ, ਮੈਂ ਪਿੰਡ ਮੇਂ ਰਹਿਤਾ ਹੂੰ ਤੋ ਆ ਨਾ ਫੇਸਬੁੱਕ ਸਹੀ ਨਹੀਂ ਚਲਤੀ ਤੋ ਤੂੰ ਯੂਟਿਊਬ ਪੇ ਵੀਡੀਓ ਡਾਲਾ ਕਰ, ਮਤਲਬ ਯੂਟਿਊਬ ਪੇ ਵੀਡੀਓ ਵੀ ਡਾਲਨੀ ਮੇਰੀ ਗਲਤ ਹੈ। ਹਾਂ ਇੱਕ ਬਾਤ ਹੋਰ, ਯੂਟਿਊਬ ਤੇ ਜੋ ਹਾਂ ਇਸ ਬਾਤ ਤੇ ਮੈਂ ਲਿਖੀ ਤੀ ਆਪਣੀ ਕਾਪੀ ਮੇਂ, ਤਾਂ ਕਿ ਮੈਂ ਭੁੱਲ ਨਾ ਜਾਵਾਂ, ਬਾਅਦ ਮੈਂ ਯਾਦ ਦਿਲਾ ਦੀ ਭਾਈ ਨੇ ਯੂਟਿਊਬ ਤੇ। ਅਬ ਇੱਕ ਬਾਤ ਬਤਾਓ, ਯੇ ਵਿਅਕਤੀ ਕਮਾ ਲੇਗਾ ਕਿਉਂਕਿ ਉਹ ਵਿਦੇਸ਼ੀ ਕੰਪਨੀ ਔਰ ਹਮ ਭਾਰਤੀ ਹੈ, ਹਮ ਔਰ ਯੇ ਜਿਤਨੇ ਵੀ ਖੜੇ ਹੈ ਸਭ ਲੋਕ ਹਿੰਦੁਸਤਾਨੀ ਹੈ, ਸਭ ਇੱਕ ਦੂਸਰੇ ਸੇ ਪਿਆਰ ਕਰਤੇ ਹੈਂ, ਜਬੀ ਤੋ ਹਮ ਹਿੰਦੁਸਤਾਨੀ ਹੈ, ਹਮ ਗੋਰੋ ਕੀ ਤਰ੍ਹਾਂ ਨਹੀਂ ਹੈ, ਜੋ ਮੈਕਸੀਕੋ ਔਰ ਜੋ ਅਮੇਰੀਕਾ ਕੀ ਜੋ ਬੋਰਡਰ ਖੜੀ ਹੋਈ ਹੈ ਨਾ, ਜਾ ਕੇ ਦੇਖੋ ਕਿਆ ਹਾਲਾਤ ਹੋ ਰੱਖੇ ਹੈ, ਕਿਤਨੇ ਲੋਕ ਪਰੇਸ਼ਾਨ ਹੋ ਰੱਖੇ, ਯੇ ਭਾਈ ਹੈ ਭਾਈ, ਪੰਜਾਬ ਕਿਸੀ ਸੇ ਨਹੀਂ ਪੁੱਛਤਾ ਕਹਾਂ ਸੇ ਆਏ ਹੋ, ਕੋਈ ਅਭੀ ਨੇਪਾਲ ਸੇ ਆਇਆ ਥਾ ਬੰਦਾ, ਮੇਰੀ ਆਂਖੋਂ ਕਾ ਦੇਖਾ ਹੈ, ਨੇਪਾਲ ਸੇ ਬੋਲ ਰਹੇ ਤੋ ਨੇਪਾਲ ਸੇ ਆਇਆ ਹੂੰ, ਔਰ ਉਸਕੀ ਮਦਦ ਕੀ ਭਾਈ ਨੇ, ਯੇ ਨਹੀਂ ਪੁੱਛਾ ਕੌਣ ਹੈ, ਨਹੀਂ ਭਾਈ ਕਾ ਮਤਲਬ ਸਿਰਫ ਇਨਸਾਨੀਅਤ ਸੇ ਇਨਸਾਨ ਹੈ, ਹਾਂ ਮਦਦ ਕਰੇਗਾ। ਔਰ ਦੂਸਰਾ ਜੋ ਯੂਟਿਊਬ ਕੀ ਬਾਤ ਬਾਰ ਬਾਰ ਲੋਕ ਕਹਿਤੇ ਹੋ ਨਾ ਕਿ ਭਾਈ ਯੂਟਿਊਬ ਸੇ ਪੈਸਾ ਕਮਾ ਰਿਹਾ, ਔਰ ਪੈਸਾ ਕਮਾ ਕਮਾ ਕਿਆ ਕਰ ਲੇਗਾ ਯੇ ਪੈਸਾ ਕਮਾ ਕੇ, ਕਿਆ ਨਸ਼ੇੜੀ ਕੋ ਦੇ ਦੇਗੀ, ਕਿਸੀ ਗੰਜੇੜੀ ਨਹੀਂ, ਮਾਨ ਲਓ ਭਾਈ ਕਮਾ ਰਹੇ ਹੋ ਆਪ, ਮੈਂ ਕਹਿ ਰਹਾ ਹੂੰ ਉਸ ਵਿਦੇਸ਼ੀ ਕੰਪਨੀ ਦੇਗੀ, ਕਿਉਂ ਨਹੀਂ ਦੇਗੀ ਵਿਊ ਕੇ ਪੈਸੇ ਯਾਰ, ਬੰਦਾ ਯਾਰ ਐਡ ਆ ਰਿਹਾ ਹੈ, ਚਲੋ ਪੈਸੇ ਆ ਰਹੇ, ਯੇ ਬੰਦਾ ਕਰ ਕਿਆ ਲੇਗਾ ਉਸ ਪੈਸੇ ਸੇ, ਕਿਆ ਖਰੀਦ ਲਾਏਗਾ, ਯੇ ਇਸਕੀ ਭਾਈ ਕੀ ਬੁੱਧੀ ਮੇਂ ਇੱਕ ਹੀ ਕਾਮ ਹੈ, ਗਾੜੀ ਕਾ ਤੇਲ ਮੇਰੇ ਸੇ ਜ਼ਿਆਦਾ ਲੱਗ ਜਾਤਾ ਹੈ, ਛੋਟੀ ਬਾਤ, ਭਾਈ ਕੀ ਬੁੱਧੀ ਮੇਂ ਇੱਕ ਹੀ ਕਾਮ ਹੈ, ਕੈਸੇ ਵੀ ਅਗਰ ਭਾਈ ਕੇ ਆਗੇ ਕੋਈ ਪਰੇਸ਼ਾਨ ਆ ਗਿਆ, ਉਸਕਾ ਪੈਸਾ ਤੁਰੰਤ ਆਪਣੀ ਜੇਬ ਕਾ ਨਿਕਾਲ ਕੇ ਦੇ ਦੇ, ਉਹ ਭਾਈ ਜਿਤਨਾ ਮੈਂ ਨਾ ਅੱਜ ਤੱਕ ਇਹ ਬਾਤ ਕੈਮਰੇ ਪੇ ਨਹੀਂ ਬੋਲੀ, ਜਿਤਨਾ ਪੈਸਾ ਮੈਨੇ ਜੇਬ ਮੇਂ ਸੇ ਲਗਾ ਦਿਆ ਨਾ ਯਾਰ, ਅਗਰ ਜੇਬ ਮੇਂ ਸੇ ਨਾ ਲਗਾਇਆ ਹੋਤਾ ਤੋ ਬਹੁਤ ਹੈ ਮੇਰੇ ਜੈਸੇ ਫਿਰ ਕਾਮ ਕਰਨੇ ਕੇ ਲੀਏ, ਮੈਂ ਕਹਿ ਰਹਾ ਹੂੰ ਯੇ ਬੰਦਾ ਆਪਣੇ ਪੈਸੇ ਰੱਖ ਕੇ ਕਰੇਗਾ ਕਿਆ ਆਪਣੀ ਜੇਬ ਮੇਂ, ਇਸਕੋ ਸਿਰਫ ਜਬ ਇੱਕ ਵਾਰ ਹੋਤਾ
जो जुआ खेलने वाले होते हैं उसको कहीं से भी पैसा ला के दे दो, वो खेल के आ जाएगा जुआ। भाई का काम ही सेवा करना है, जो नशे करने वाला था वो नशा कर लेगा, कितना रुपए भी दे दो आप उसको। भाई का काम है सिर्फ सिर्फ और सिर्फ सेवा करना। जो भी डोनर, मैं बता रहा हूँ, जो भी डोनर है सब लोग ध्यान रखो। और कभी भी डिमोटिवेट हो जाते हो, जो भी लोग हैं, मैं नहीं नाम लेना चाहता हूँ, मैं नहीं दुश्मनी पाना चाहता किसी के साथ। भाई आप लोग बहुत अच्छे इंसान है और भाई कर रहे हैं, करने दो यार। आप लोग भी, मैं तो यही कहूंगा, आप देखो, मैं आया हूँ दिल्ली से, मैं एम्स में काम करता हूँ, मैं बूढ़े लोगों की और विकलांग लोगों की मदद करता हूँ। साथ ही मैं चाहता हूँ जो ये ब्लड को लेके इतना ड्रामा होता है, जो कोई व्यक्ति, जैसे मान लो नहीं, अभी भाई के पीछे कितने सारे लोग हैं, अगर किसी को अभी ब्लड की जरूरत पड़ेगी और किसी कोई किराया जा रहा है या फिर कोई एम्स में बाहर के लोग ज्यादा आते हैं, कोई किसी को रक्त नहीं देता, उस कंडीशन में अगर जैसे भाई कर रहा है, कभी भी एक मैसेज डाला, तुरंत जो लोग मानवता को प्रमोट करते हैं, इस लेवल तक सोच नहीं बैठी जिनको, जो मानवता को प्रमोट करते हैं वो भाई ना बैठे यार। कई लोग चाहते थे इस देश को यार नहीं हो बंटवारा, लेकिन हुआ ना भाई। दुश्मन तो हर जगह ही है भाई, अगर आप देखोगे दुश्मनों की कमी कहीं नहीं है भाई। अभी कहीं भी चले जाओ अपने ही देश में, कौन किसको चाहता है? अपना पड़ोसी प्यासा रहे, भूखा रहे, सिर्फ अपना पेट भरा है ना, हम खुश यार। भाई ये जो एनजीओ है ना, ये दुनिया की पहली है, ये इनसे ये नहीं बर्दाश्त की इंडिया में पैदा हुई, इंडिया में पैदा हुई, इंडिया में पंजाब में खुली, लुधियाना में इन्वेंट हुई, लुधियाना में इन्वेंट होगी, इतनी बड़ी होगी, उनको ये खुशी नहीं है, ये गम है। भाई की एक बात में और एक बात जोड़ देता हूँ, कोई भी एनजीओ कभी भी, इंटरनेशनली बात कर रहा हूँ क्योंकि इंटरनेशनल रिलेशन पे मैं स्टडी कर रहा हूँ, और मैं बता दे रहा हूँ, इंटरनेशनल जो भी आप देखोगे, कोई भी लोकल से लोकल एनजीओ होती है जो, वो अपने आप को चाहती है कि इंटरनेशनल लेवल पे ले जाए ताकि उनको फंडिंग आना स्टार्ट हो जाए। भाई तो सिर्फ पंजाब से ही बाहर नहीं निकले, अभी तो पंजाब में ही कर रहे हैं, अभी तो सिर्फ पंजाब पंजाब में हो रहा है, तो इतना ड्रामा कर रहे हैं भाई। मेरे को कहते तू पैसा भाई के पीछे इतना ड्रामा कर रहे हैं, आगे दिल्ली में आगे मुंबई में आगे, वी डू नॉट एक्सेप्ट, क्या मतलब अब मेरे को लग रहा सुसाइड करनी पड़ेगी। जो हुआ ना उन लोगों ने, वो बच्चों ने जो कॉफी जो बता रहे थे, क्या वैसा वाला हालात हो जाएगा बड़ा यार। मैं तो अब मैं ठीक हो गया, पहले मैं परेशान, अब ठीक, अब बोल दिया ना, अब वो वही देखेंगे वीडियोस कि यार हमने गलती तो नहीं कर ली। मैं कह रहा हूँ दिल में बसा भाई, दिमाग में मेरा पुराना। अब मेरे कॉलेज लाइफ में ना बहुत मुंडे पड़े हैं, एक कॉलेज लाइफ के पिछों ना चौथा पंजवा मुंडा होगा बस पूरे कॉलेज के, जो भाई सेवा करना आता कॉलेज के, ना मैं क्लास के नाल भाई इकट्ठा सी, दिलों दस रहा है गल अज, ना क्लास इकट्ठा सी ना स्कूल के पढ़े, चंगी तरह शायद भाई बारे पता भी नहीं होगा, मैंने बस नाम पता है, भाई ने रोज कॉलेज मिलना, हस के मैंने चल जाना कॉलेज के, कला शख्स है जरा सेवा करना आता। क्यों? कि मैं बहुत सोहना, कि मैं बहुत वधिया बोली बोलदा, अगला अपने कर्म सुधारना आता कि यार चलो दसवंध किसी के काम आऊगा। हूँ इस तो जवान हट्टा खट्टा तो एक लाइव एग्जाम्पल दे सकता है कि भाई यार एनजीओ हेल्प किदा होंगी। चज दी गल बोलन बोलते भी ओह जेड़ा कोई मतलब ही है नहीं। सत श्रीकाल जी अनमोल, मैं तो खेती बड़ी चढ़ती यार, अनमोल ने जी हेल्प नहीं की। इंडिया बहुत सौखी है, देखो भाजी मतलब मेनू मजबूर कर रहे ने कि मैं भी अपने काम कार बैठा पैसा धंधा कमावा ते बस ओ करा, मेनू नहीं टिकन दे रहे। ओ जिदन वीकेंड ते वेले हुंदे लाई होए ते चला काम कर, काम ते नहीं जाना ना कोई काम, उत्तों उन्हां नू शेयर करन वाले उस तो बड़े वेले, थल्ले कमेंट पढ़ो अनमोल फोकरा, ओए अनमोल ने तुहाडे घरों कुछ चक लिया के मंग लिया के नमक लैण आया सी घरे, प्लीज मेनू नमक दे दो। ओ यार हद होगी, तुसी ओहदे एटीट्यूड तो की लैणा, तुसी मेरी बूथी तो की लैणा यार, मैं फुकरा मेरे तो की लेना, तुसी आ मरीजा ते तरस कर लो, आ ए तरस कर लो दवाई चाहिए, ओ पिछे ते तरस कर लो दवाई चाहिए, मेरे ते को तरस कर रहे हो, मेनू नहीं तरस चाहिए भरा, देखो प्लीज पेशेंटा बारे तरस करो, उन्हां दी हेल्प करो, बाकी ला लो जोर मेरे नाल जो तक डोनर खड़े ने मैं नहीं हटदा, बाकी वो डोनर समझदार होणगे जिहड़े इन्हां दी गल्लां मान लैंदे ने, ते ओ बादवां बारे मैं चल गोल क्यों मिलनी तुहानूं वी बादवां भरावा, तुसी वी खुश रहो, परमात्मा सब नूं खुश रखे। साडे भरा स्पैशल आए हुए सी, किधर गए भाजी, आ जाओ भाजी, जिहड़ी एनजीओ दे भाजी धंधे बंद हो गए, लोकां ने पैसा देना बंद करता, धंधा तो हम भी नहीं कह सकता कि वाहेगुरु ने धंधा चलावे,
ਹੁਣ ਜੇ ਕੋਈ ਬੰਦਾ ਪੈਸੇ ਖਾ ਜੇ ਕਰਪਸ਼ਨ ਪੰਜਾਬ ਦੇ ਵਿੱਚੋਂ ਖਤਮ ਹੋ ਰਹੀ ਹੈ ਤਾਂ ਜਿਹੜਾ ਬੰਦਾ ਕਰਪਸ਼ਨ ਖਤਮ ਕਰੂਗਾ ਓਬਵੀਅਸਲੀ ਗੱਲ ਹੈ ਕਰਪਸ਼ਨ ਖਾਂਦਾ ਉਹ ਤਾਂ ਖਿਲਾਫ ਹੀ ਹੋਊਗਾ ਮੈਂ ਕਿਹਾ ਭਾਜੀ ਏਦੋਂ ਵਧੀਆ ਕੰਮ ਨਾ ਹੋਣਾ ਨਾ ਹੋਊਗਾ ਅੱਗੇ ਅਸੀਂ ਤਾਂ ਸਪੈਸ਼ਲ ਤਾਂ 2 ਘੰਟੇ ਹੋ ਗਏ ਖੜੇ ਉਹਨੂੰ ਲੋਕੀ 3-3 ਘੰਟੇ ਆ ਗਏ ਖੜੇ ਮੈਂ ਤਾਂ ਯਾਰ ਦੇਖੋ ਭਾਜੀ ਬੋਲਣ ਨੂੰ ਕੁਛ ਹੈ ਨੀ ਮੈਂ ਤਾਂ ਵੱਧ ਤੋਂ ਵੱਧ ਕੀ ਕਰ ਸਕਦਾ ਔਰ ਸੀਨਾ ਚੀਰ ਕੇ ਦਿਖਾ ਸਕਦਾ ਕਿ ਮੈਂ ਅੰਦਰ ਸੱਚਾ ਵਾਂ ਭਰਾਵਾ ਮੈਂ ਦਿਲੋਂ ਜੁੜਿਆ ਸੀ ਸੈਂਜੂ ਨਾਲ ਕੋਈ ਪੈਸਿਆਂ ਦੇ ਚੱਕਰ 'ਚ ਨਹੀਂ ਜੁੜਿਆ ਸੀ ਕੋਈ ਫੇਮ ਦੇ ਚੱਕਰ 'ਚ ਨਹੀਂ ਜੁੜਿਆ ਸੀ ਇਸ ਫੇਮ ਨਾਲ ਕੋਈ ਮੈਂ ਕਿਸੇ ਦੇ ਘਰੋਂ ਰਿਸ਼ਤਾ ਨਹੀਂ ਲੈਣਾ ਭਰਾਵਾ ਆਹ ਦੇਖੋ ਮੈਂ ਬੜਾ ਹੀ ਬੇਕਾਰ ਬੰਦਾ ਦੁਨੀਆ ਦਾ ਮੈਨੂੰ ਨਾ ਤੁਸੀਂ ਦੇਖੋ ਮੈਨੂੰ ਪਸੰਦ ਕਰਨ ਤੁਰੋਂਗੇ ਤਾਂ ਕਦੀ ਨਹੀਂ ਕੰਧ ਕਰ ਪਾਉਂਗੇ ਤੁਸੀਂ ਸਿਰਫ ਇਹ ਵੀਰਾਂ ਬਾਰੇ ਸੋਚੋ ਔਰ ਜਿਹੜੀ ਗੱਲ ਕਹਿੰਦੇ ਨਾ ਕਿ ਵੀਰੇ ਅਸੀਂ ਤੇਰੇ ਨੂੰ ਸ਼ੋਅ ਨਹੀਂ ਕਰਦੇ ਕਰਕੇ ਦੇਖ ਲਿਓ ਵੀਰੇ ਮੈਂ ਕਦੀ ਏਦਾਂ ਵੀਰੇ ਵੱਲ ਸੋਚਿਆ ਨਹੀਂ ਸੀ ਮੈਂ ਏਦਾਂ ਵੀਰੇ ਨੂੰ ਮਿਲੂੰਗਾ ਪਰ ਅੱਜ ਮੈਨੂੰ ਮਦਦ ਮਿਲੀ ਵੀਰੇ ਤੋਂ ਮੈਂ ਹਰ ਇੱਕ ਵੀਡੀਓ ਦੀ ਦੇਖਦਾ ਟਿਕਟੋਕ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੀਆਂ ਲਾਈਕ ਕਰਦਾ ਵਾਂ ਵੀਰੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਵੀਰੇ ਹਾਂ ਵੀ ਯੂਟਿਊਬ ਵਾਲਿਓ ਫੇਸਬੁੱਕ ਇੰਸਟਾਗ੍ਰਾਮ ਟਿਕਟੋਕ ਤੇ ਵੀ ਫੋਲੋ ਕਰੋ ਉਹ ਯਾਰ ਇਹ ਸੋਸ਼ਲ ਮੀਡੀਆ ਸਾਨੂੰ ਇੱਕ ਦੂਜੇ ਨੂੰ ਮਿਲਾਉਣ ਦਾ ਸਾਧਨ ਹੈ ਕੋਈ ਮੈਂ ਯਾਰ ਗੋਰਿਆਂ ਨੂੰ ਪਤਾ ਲੱਗ ਗਿਆ ਐਨਜੀਓ ਕਿੱਦਾਂ ਚੱਲ ਰਹੀ ਤੁਹਾਨੂੰ ਨਹੀਂ ਅੱਜ ਤੱਕ ਪਤਾ ਲੱਗਿਆ ਮੋਟੇ ਦਿਮਾਗ ਹੈ ਤੁਹਾਡੇ ਇੰਨਾ ਸੁਣਦੇ ਪਏ ਹੋ ਬਸ਼ਰਮ ਹੋ ਕਿੰਨੀਆਂ ਗੱਲਾਂ ਸੁਣ ਗਏ ਉਹਦੀ ਦਿਲ ਨਹੀਂ ਮੇਰਾ ਕਰਦਾ ਬੋਲਣ ਨੂੰ ਮੈਂ ਅੱਜ ਬੋਲਣਾ ਨਹੀਂ ਸੀ ਸਿਰਫ ਬੋਲਿਆ ਕਿ ਮੈਂ 25-30 ਦਿਨ ਤੋਂ ਦੇਖ ਰਿਹਾ ਮੇਰੇ ਖਿਲਾਫ ਰੋਜ਼ ਕੋਈ ਨਾ ਕੋਈ ਵੀਡੀਓ ਪਾ ਰਹੇ ਮੇਰੇ ਖਿਲਾਫ ਪਾ ਲਓ ਕੋਈ ਚੱਕਰ ਨਹੀਂ ਅਨਮੋਲ ਦੀ ਪਰਸਨੈਲਿਟੀ ਦੇ ਪਾ ਲਓ ਅਨਮੋਲ ਦੀ ਬੋਲੀ ਦੇ ਪਾ ਲਓ ਕੋਈ ਚੱਕਰ ਨਹੀਂ ਅਨਮੋਲ ਟੀਮ ਨਾ ਗਿਆ ਕਰੋ ਅਨਮੋਲ ਟੀਮ ਦਾ ਮੁਕਾਬਲਾ ਨਾ ਤੁਹਾਡੇ ਕੋਲ ਅਗਲੇ 7 ਜਨਮਾਂ ਦੇ 7 ਜਨਮ ਲੈ ਕੇ ਵੀ ਨਹੀਂ ਹੋਣਾ ਕੁਰਬਾਨੀ ਦੇਣੀ ਪੈਂਦੀ ਆ ਘਰੋਂ ਨਿਕਲਣਾ ਪੈਂਦਾ ਜੇਬ ਭਰ ਕੇ 5-10 ਹਜ਼ਾਰ ਰੁਪਏ ਸਵੇਰੇ ਘਰੋਂ ਨਿਕਲਿਆ ਕਰੋ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਸਿਖਾ ਦਿੰਦਾ ਐਨਜੀਓ ਕਿੱਦਾਂ ਚੱਲਦੀ ਹੈ ਇਹ ਸਾਰਾ ਐਨਜੀਓ ਦਾ ਸਿਸਟਮ ਤੁਹਾਡਾ ਇਸ ਤੋਂ ਉੱਪਰ ਕੀ ਹੋਰ ਕਰ ਸਕਦਾ ਇੱਕ ਬੰਦਾ ਕਹਿੰਦਾ ਜੀ ਮੈਂ ਚੱਜ ਨਾਲ ਕੰਮ ਨਹੀਂ ਕਰ ਰਿਹਾ ਤੁਸੀਂ ਕਰ ਲਓ ਆ ਕੇ ਤੁਸੀਂ ਕਹਿੰਦੇ ਸਾਡਾ ਇਹ ਕੰਮ ਨਹੀਂ ਫਿਰ ਕਰੂ ਕੌਣ ਜਿਹੜਾ ਕਰ ਰਿਹਾ ਤੁਸੀਂ ਉਹ ਕਰਨ ਨਹੀਂ ਦੇ ਰਹੇ ਜਾਂ ਮੈਂ ਮਰੀਜ਼ ਮਿਲਾ ਦਿਆ ਕਰੂੰਗਾ ਹੁਣ ਉਹ ਪੇਸ਼ੈਂਟ ਜਿਹੜਾ DMC ਤੋਂ ਹੈਲਪ ਹੁਣ ਆਹ ਬਾਈ ਦੀ 80,000 ਦੀ ਹੈਲਪ ਹੋਈ ਹੈ ਮੈਂ ਉਹਨੂੰ ਦਿਹਾੜੀ ਤੋਂ ਫੜ ਕੇ ਲਿਆ ਉਹਨੂੰ ਹਸਪੀਟਲ ਆ ਕੇ ਮਿਲ ਲਓ ਘਰ ਦਾ ਉਹਦਾ ਐਡਰੈਸ ਪੁੱਛ ਲਓ ਬਿੱਲ ਉਹਦੇ ਕੋਲ ਫੜ ਲਓ ਭਾਜੀ 80,000 ਦੀ ਹੈਲਪ ਹੋਈ ਮਜ਼ਾਕ 80,000 ਰੁਪਈਆ 80,000 ਰੁਪਈਆ ਭਾਜੀ 80,000 ਹਾਂਜੀ ਦੀਦੀ ਜਾਓ ਤੁਸੀਂ ਮੈਂ ਐਡਮਿਟ ਕਰਾ ਰਿਹਾ 2 ਮਿੰਟ 80,000 ਰੁਪਈਆ ਭਾਜੀ ਜਿਹੜੇ ਬੰਦੇ ਬੋਲਦੇ ਉਹਨਾਂ ਵਾਸਤੇ ਮਜ਼ਾਕ ਹੈ ਭਾਜੀ ਇੱਕ ਪੇਸ਼ੈਂਟ ਭਾਜੀ ਨੇ ਕਰਨਾ ਉਹਦੇ ਵਾਸਤੇ ਬਹੁਤ ਜਿੰਨੇ ਬੋਲਣਾ ਗੱਲਾਂ ਉਹਦੇ ਵਾਸਤੇ ਮਜ਼ਾਕ ਭਾਜੀ ਇੱਕ ਡੋਨਰ ਹੈ ਆ ਬਾਈ ਸਾਡੇ ਕੋਲ ਆਇਆ ਬਾਈ ਸੇਵਾ ਕਰਨਾ ਹੈ ਸੇਵਾ ਕਰਨਾ ਜੀ ਅੱਛਾ ਵੈਸੇ ਮੈਂ ਅੱਛਾ ਪਤਾ ਭਾਜੀ ਇੱਕ ਆਪਣੇ ਕੋਲ ਨਾ ਡੋਨਰ ਸੇਵਾ ਕਰਨਾ ਆਇਆ ਆਪਾਂ ਕਦੀ ਜ਼ਿੰਦਗੀ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਅੰਕਲ ਜੀ ਇਹਨੂੰ ਨਾ 1 ਲੱਖ ਰੁਪਏ ਦੀ ਲੋੜ ਹੈ 1 ਲੱਖ ਰੁਪਏ ਦੀ ਆਪਾਂ ਡੋਨਰ ਦੀ ਸੇਵਾ ਪੁੱਛਦੇ ਡੋਨਰ ਮੇਰੇ ਕੋਲ ਸੇਵਾ ਕਰਾਉਂਦਾ 10 ਰੁਪਏ ਇੱਕ ਬੱਚਾ ਆਇਆ ਮੇਰੇ ਕੋਲ 10 ਰੁਪਏ ਦੇ ਭਾਜੀ ਮੈਂ ਉਹਨੂੰ ਕੀ ਕਹਾਂ ਕਿ ਇਹਨੂੰ 2 ਲੱਖ ਦੀ ਲੋੜ ਹੈ ਉਹ ਜਿਹੜੇ ਬਸ਼ਰਮ ਲਾਈਵ ਹੁੰਦੇ ਆ 6,000 ਰੁਪਏ ਚਾਹੀਦਾ 6,000 ਰੁਪਇਆ ਭਾਜੀ 50,000 ਰੁਪਏ ਇਕੱਠੇ ਕਰਨੇ ਪੈਣ ਧੂੰਏ ਨਿਕਲ ਜਾਂਦੇ ਇਹਨਾਂ ਨੂੰ ਆਉਂਦੀਆਂ ਗੱਲਾਂ ਹੁਣ ਮੈਂ ਡੋਨਰ ਨੂੰ ਕਹਾਂ ਭਾਜੀ ਯਾਰ ਕਿ ਡੋਨਰ ਭਾਜੀ ਤੁਹਾਡੀ ਕਿੰਨੀ ਸੇਵਾ ਉਹ ਕਹਿੰਦਾ ਵੀਰੇ ਮੇਰੀ 100 ਰੁਪਏ ਨਹੀਂ ਨਹੀਂ ਵੀਰੇ 5,000 ਰੁਪਏ ਦਿਓ ਫਿਰ ਤੁਸੀਂ ਕਹਿਣਾ ਅਨਮੋਲ ਆਹ ਕਰਦਾ ਮਤਲਬ ਕਿਸੇ ਪਾਸੋਂ ਨਹੀਂ ਭਾਜੀ ਜੀਣ ਦਿੰਦੇ ਯਾਰ ਕਿਸੇ ਯੂਟਿਊਬ ਤੇ ਵੀਡੀਓ ਪਾਈਆਂ ਤਾਂ ਪੈਸੇ ਕਮਾਉਂਦਾ ਨਾ ਪਾਈਆਂ ਤੇ ਵੀਰੇ ਦਾ ਫੋਨ ਆ ਕੇ ਕਹਿੰਦਾ ਵੀਰੇ ਯੂਟਿਊਬ ਤੇ ਕਿਉਂ ਨਹੀਂ ਪਾਉਂਦਾ ਪਿਆ ਹੁਣ ਤੂੰ ਵੀਡੀਓ ਅਸੀਂ ਯੂਟਿਊਬ ਤੇ ਦੇਖਦੇ ਹਾਂ ਉਹ ਕਿਸੇ ਪਾਸੇ ਤਾਂ ਜੀਣ ਦਿਓ ਮੈਨੂੰ ਜਾਂ ਮੈਨੂੰ ਇੱਕ ਗੱਲ ਹੋਰ ਜਿਹੜਾ ਮੇਰੇ ਖਿਲਾਫ ਕੋਈ ਡਾਊਟ ਪਾਲੀ ਫਿਰਦਾ ਨਾ ਦਿਮਾਗ ਦੇ ਵਿੱਚ ਤੁਸੀਂ ਲਾਈਵ ਜ਼ਰੂਰ ਪਾਓ ਮੇਰੇ ਖਿਲਾਫ ਪਰ ਮੈਨੂੰ ਮਿਲਣ ਤੋਂ ਬਾਅਦ ਕੋਈ ਮੇਰੀ ਐਨਜੀਓ 'ਚ ਡਾਊਟ ਹੈ ਕੋਈ ਤੁਹਾਡੇ ਨਾਲ ਧੋਖਾ ਹੋਇਆ ਕੋਈ ਕਿਸੇ ਮੇਰੇ ਟੀਮ ਮੈਂਬਰ ਨੇ ਮਿਸਬਿਹੇਵ ਕੀਤਾ ਜਾਂ ਮੈਂ ਮਿਸਬਿਹੇਵ ਕੀਤਾ ਜਾਂ ਤੁਹਾਡੇ ਨਾਲ ਕੋਈ ਪੇਸ਼ੈਂਟ ਦੀ ਹੈਲਪ ਨਹੀਂ ਹੋਈ ਮੈਂ ਰੋਜ਼ ਕਿਸੇ ਨਾ ਕਿਸੇ ਹਸਪੀਟਲ ਦੇ ਧੱਕੇ ਖਾਂਦਾ ਹੁੰਦਾ ਮੈਨੂੰ ਮਿਲ ਲਿਆ ਕਰੋ ਆ ਕੇ ਤੁਸੀਂ ਮਿਲੇ ਮੈਨੂੰ ਕਦੀ ਜ਼ਿੰਦਗੀ 'ਚ ਹੈ ਨਹੀਂ ਲਾਈਵ ਹੋ ਜਾਂਦੇ ਹੋ ਅਨਮੋਲ ਝਾਕੜ ਬੜੀ ਮਿਲੇ ਹੈਗੇ ਹੋ ਕਦੀ ਅਨਮੋਲ ਨੂੰ ਮੈਨੂੰ ਡਾਇਰੈਕਟ ਆ ਕੇ ਮਿਲਿਆ ਕਰੋ ਉਸ ਤੋਂ ਮੈਨੂੰ ਕਹਿ ਕੇ ਜਾਇਆ ਕਰੋ ਕਿ ਵੀਰੇ ਹੁਣ ਤੇਰੇ ਖਿਲਾਫ ਲਾਈਵ ਪਾ ਲੱਗਿਆ ਮੈਂ ਖੁਸ਼ ਹੋ ਕੇ ਤੁਹਾਨੂੰ ਆਪਣੇ ਪੇਜ ਤੋਂ ਲਾਈਵ ਕਰੂੰਗਾ ਤੁਸੀਂ ਲਾਈਵ ਹੋਣੇ ਹੋ ਤੁਹਾਡੇ ਵਿਊ ਜਾਂਦੇ 20,000 25,000 ਮੇਰੇ ਪੇਜ ਤੋਂ ਲਾਈਵ ਹੋਇਆ ਕਰੋ 1 ਮਿਲੀਅਨ ਵਿਊ ਜਾਂਦੇ ਆ ਮਤਲਬ 10 ਲੱਖ ਲੋਕਾਂ ਇਕੱਠਾ ਦੇਖੂਗਾ ਤੁਹਾਡੇ ਨੂੰ ਦੇਖਣਾ 20,000 ਨੇ ਜਦੋਂ ਮੇਰੇ ਖਿਲਾਫ ਹੁੰਦੇ ਹੋ ਨਾ ਕੋਈ ਗੱਲ ਹੋਵੇ ਕਿਸੇ ਨੇ ਤੁਹਾਨੂੰ ਮੇਰੇ ਖਿਲਾਫ ਕੁਝ ਕਿਹਾ ਹੋਵੇ ਪਹਿਲਾਂ ਮੈਨੂੰ ਆ ਕੇ ਮਿਲਿਆ ਕਰੋ ਕਿ ਵੀਰੇ ਯਾਰ ਅਸੀਂ ਤੇਰੇ ਖਿਲਾਫ ਵੀਡੀਓ ਪਾਣੀ ਆ ਤੂੰ ਦੱਸ ਸਾਨੂੰ ਆਹ ਚੀਜ਼ ਕਲੀਅਰ ਕਰ ਕਿਉਂ ਜੇ ਨਹੀਂ ਕਲੀਅਰ ਹੋਈ ਤਾਂ ਪਾ ਦਿਓ ਨਾ ਕੁਛ ਪਤਾ ਤੁਹਾਨੂੰ ਉੜਾ ਐੜਾ ਬਸ ਹੋ ਜਾਓ ਜੀ ਚੱਕ ਕੇ ਲਾਈਵ ਇੱਕ ਗੱਲ ਯਾਦ ਰੱਖਿਓ ਮੇਰੀ ਮੇਰੇ ਖਿਲਾਫ ਹੋਣ ਨਾਲ ਕੋਈ ਫਰਕ ਨਹੀਂ ਪੈਣਾ ਅਨਮੋਲ ਨੂੰ ਨਾ ਉਹਦੀ ਫੈਮਿਲੀ ਨੂੰ ਨਾ ਉਹਦੇ ਟੀਮ ਮੈਂਬਰਾਂ ਨੂੰ ਫਰਕ ਪੈਣਾ ਡੋਨਰਾਂ ਨੂੰ ਔਰ ਜਿਹੜੇ ਮਰੀਜ਼ਾਂ ਦੀ ਹੈਲਪ ਨਹੀਂ ਹੋਣੀ ਉਹਦੇ ਬੱਚਿਆਂ ਦੀ ਬਾਦੂਆਂ ਮੌਤ ਦੀਆਂ ਤੁਹਾਨੂੰ ਮਿਲਣੀਆਂ ਬਸ ਉਸ ਤੋਂ ਵੱਧ ਦਿਮਾਗ ਨਾ ਲਾਈਓ ਜੇ ਵਾਕਈ ਕੋਈ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਤਾਂ ਖੋਲੋ ਇੱਕ ਐਨਜੀਓ ਕਰੋ ਕੰਮ ਓਪਨ ਲਾਈਵ ਤੁਹਾਡਾ ਫੇਸਬੁੱਕ ਕਿਸੇ ਦੇ ਪਿਓ ਦਾ ਨਹੀਂ ਸਾਰਿਆਂ ਦਾ ਸਾਂਝਾ ਭਰਾ ਕਰੋ ਕੰਮ ਅਸੀਂ ਤੁਹਾਡੇ ਨਾਲ ਬਾਕੀ ਥੈਂਕ ਯੂ ਸੋ ਮਚ ਨੰਬਰ ਮੇਰਾ ਹੈਗਾ 7888 91